ਵਾਹ ਦੇਖ ਵਿਗਸੀ ਮੁੰਦ ਮਨ ਉਮਾ ਹਿਓ ਕਾਗ ਦਇਆ ਮਯਾ ਦਿਆਲ ਸਾਚੀ ਸ਼ਬਦ ਮਿਲ ਗੁਣ ਗਾਵੋ ਮਾਇਆ ਰੂਪ ਪਰਮੇਸ਼ਰ ਸੱਚੇ ਦਿਆਲੂ ਨੇ ਜਿਸ ਪਰ ਆਪਣੀ ਦਇਆ ਕੀਤੀ ਕਿਰਪਾ ਕੀਤੀ ਉਹ ਗੁਰੂ ਦੇ ਸ਼ਬਦ ਸਾਥ ਮਿਲ ਕੇ ਗੁਣ ਗਾਇਣ ਕਰਦਾ ਗੁਣ ਗੁਰੂ ਨਾਨਕ ਦੇਵ ਗਾਉਂਦਾ ਹੈ। ਜਿਸ ਦੀ ਬੁੱਧੀ ਹਰ ਵਦ ਪਤੀ ਪਰਮੇਸ਼ਰ ਨੂੰ ਦੇਖ ਕੇ ਪ੍ਰਸੰਨ ਹੋ ਜਾਂਦੀ ਹੈ। ਮੁੰਦ ਦਾ ਮਨ ਵੀ ਉਤਸ਼ਾਹ ਨੂੰ ਪ੍ਰਾਪਤ ਹੋਇਆ ਹੈ। ਮੁੰਦ ਸਹਿਜ ਸਲੋੜੀਏ ਇੱਕ ਪ੍ਰੇਮ ਬਿਨਾਂ ਤੀਰਾਮ। ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਧੋਮ ਮੁੰਦ ਸਹਜ ਸਲੋਨੜੀਏ ਇਹ ਸੁਭਾਵਕ ਸੁੰਦਰੀ ਇਸਤਰੀਏ ਤੂੰ ਪ੍ਰੇਮ ਕਰਕੇ ਰਾਮ ਦੇ ਸਨਮੁਖ ਇੱਕ ਇਹ ਬੇਨਤੀ ਕਰ ਕੇ ਸਮਰਥ ਰਾਮ ਕੀ ਮੇਰੇ ਵਾਹੀ ਗੁਰੂ ਆਪ ਦੇ ਸੰਗ ਵਿੱਚ ਮੈਂ ਰਤੀ ਹੋਈ ਰਖਾਂ ਮੇਰੇ ਮਨ ਤੇ ਧਨ ਵਿੱਚ ਖਰੀ ਪਿਆਰਾ ਲਗੇ ਪ੍ਰਭ ਪ੍ਰੇਮ ਦਾਤੀ ਹਰ ਬਿਨੰਤੀ ਨਾਮ ਹਰ ਦੇ ਸੁਖ ਵਸ ਤੋ ਗੁਣ ਪਛਾਣੇ ਤਾ ਪ੍ਰਭ ਜਾਣੇ ਗੁਣ ਹੈ ਵਸ ਆਵਗਣ ਦਸ ਪ੍ਰਭੂ ਦੇ ਪ੍ਰੇਮ ਦੇ ਵਿੱਚ ਰਤੀ ਹੋਈ ਦੀ ਇਹ ਬੇਨਤੀ ਹੈ ਕਿਹੀ ਮੇਰੇ ਵਾਹੀ ਗੁਰੂ ਆਪ ਦੇ ਨਾਮ ਦੇ ਵਿੱਚ ਮੇਰਾ ਮਨ ਸੁਖੀ ਹੋ ਕੇ ਵਾਸਾ ਕਰੇ ਤੇਰੇ ਗੁਣਾ ਨੂੰ ਪਹਿਚਾਣਾ ਤੇਰੇ ਗੁਣ ਗਾਵਾਂ ਤਉ ਹੀ ਯਥਾਰਤ ਕਰਕੇ ਤੈਨੂੰ ਪ੍ਰਭੂ ਨੂੰ ਜਾਣਾ ਜਦ ਗੁਨਾ ਵਿੱਚ ਮੇਰੀ ਮੁੱਧੀ ਬਾਸਾਂ ਕਰੇ ਤਬ ਔਗਣ ਨਸ ਜਾਂਦੇ ਨੇ ਜਦੋਂ ਗੁਨਾ ਨੂੰ ਸੰਗਰਹਿ ਕੀਤਾ ਫਿਰ ਔਗਣ ਛੱਡ ਕੇ ਚਲੇ ਜਾਂਦੇ ਨੇ ਇਹ ਬਖਸ਼ੀਸ਼ਾਂ ਨੇ ਤੋਦਵਾਜ ਇੱਕ ਤਿਲ ਰਹਿਦਾ ਸਾ ਕਾਂ ਕਹਿਣ ਸੁਣਣ ਦਾ ਧੀਜੈ ਨਾਨਕਾ ਪ੍ਰਿਉ ਪ੍ਰਯੋਗ ਕਰੋ ਪੁਕਾਰੇ ਰਸਨ ਰਸਮਨ ਪੀਜੈ ਐਸਾ ਮੈਨੂੰ ਆਨੰਦ ਹੋਇਆ ਜੋ ਤੇਰੇ ਬਿਨਾ ਖਿਣ ਭਦ ਵੀ ਮੈਂ ਰਹਿ ਨਹੀਂ ਸਕਦਾ ਬਿਨਾ ਇਸ ਪ੍ਰਕਾਰ ਸਿਮਰਨ ਦੇ ਹੀ ਪਿਆਰੀ ਮੇਰੇ ਵਾਂਹੀ ਗੁਰੂ ਅਬ ਕਹੋ ਸੁਣੇ ਮੇਰਾ ਮਨ ਧੀਜ ਨੂੰ ਪ੍ਰਾਪਤ ਨਹੀਂ ਹੁੰਦਾ ਕਹੇ ਸੁਣੇ ਜਦ ਮੇਰੀ ਰਸਨਾ ਕੀ ਪਿਆਰੇ ਪਿਆਰੇ ਕਰਕੇ ਪੁਕਾਰਦੀ ਹੈ ਤਬ ਮੈਂ ਜਾਣਾਂ ਕਿ ਮੇਰਾ ਮਨ ਤੇਰੀ ਪ੍ਰੀਮ ਵਿੱਚ ਭਿੱਜਿਆ ਹੈ ਸਖਿਓ ਸਹੇਲੜਿਓ ਮੇਰਾ ਪਰਵਣ ਜਾ ਰਾਦਾ ਮ ਖਾਦ ਨਾ ਮੋ ਵਣੰਜੜਿਆ ਰਾਸ ਸੋ ਮੋਲੇ ਆਪਾ ਦਾ ਰਾਮੋ ਜਗਤ ਗੁਰੂ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ உபਦੇਸ਼ ਬਖਸ਼ਦੇ ਹੋਏ ਪਰੀ ਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ உபਦੇਸ਼ ਬਖਸ਼ਦੇ ਨਹੀਂ ਸਖਿਓ ਸਹਿ ਲੜਿਓ ਮੇਰਾ ਪਿਰ ਬਣ ਜਾ ਰਾਰਾ ਕੀ ਸਖੀਓ ਸਹੇਲੀਓ ਮਿਦਾ ਰਾਮ ਪਿਆਰਾ ਬਣ ਜਾਦਾ ਪ੍ਰੇਮ ਦਾ ਗਾਇਕ ਸੈਂ ਵੀ ਕਲਗੀਧਰ ਮਹਾਰਾਜ ਸਤਿਗੁਰਾਂ ਦੀ ਪਾਵਨ ਬਚਨ ਨੇ ਸੱਚ ਕਹੋ ਸੁਣ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪਾਇਆ ਸਹਿ ਪਾਤਸ਼ਾਹ ਫਰਮਾਉਂਦੀ ਨਹੀਂ ਪਿਆਰੀਓ ਅਸੀਂ ਸੱਚਾ ਬਚਨ ਕਹਿੰਦੇ ਹਾਂ ਜੋ ਸਤਗੁਰੂ ਪਾਤਸ਼ਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਉਪਦੇਸ਼ ਬਖਸ਼ਦੇ ਨੇ ਕਿ ਮੇਰਾ ਪਿਆਰਾ ਬਨਜਾ ਦਾ ਪ੍ਰੇਮ ਦਾ ਗਾਹਕ ਹੈ ਮੈਂ ਉਸ ਬਨਜਾ ਦੀ ਬਨਜਾਲ ਨਖਾਂ ਜੋ ਮੇਰਾ ਬਨਜਾ ਦਾ ਪਤੀ ਪ੍ਰੇਮ ਦਾ ਗਾਹਕ ਹੈ ਬਨਜਾ ਨੇ ਪ੍ਰੇਮ ਦੇ ਕੇ ਖਰੀਦਾ ਨਾਮ ਖਰੀਦਿਆ ਜਿਸ ਦੇ ਖਰੀ ਨਾਮ ਰਸ ਦਾ ਆਪਾਦ ਮੁੱਲ ਰਸ ਪ੍ਰੇਮ ਖੈ ਕਿਉਂਕਿ ਇਹ ਪ੍ਰੇਮ ਦਾ ਪਿਆਲਾ ਵੀ ਉਸ ਦੇ ਹੱਥ ਵਿੱਚ ਹੈ ਪਾਤਸ਼ਾਹ ਦੇ ਬਚਨ ਨੇ ਇਹੋ ਪਿਰਵ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਜਿਸ ਨੂੰ ਪੌਂਦਾ ਉਸ ਨੂੰ ਦਿੰਦਾ ਖੈ ਫਿਰ ਪ੍ਰੇਮ ਤੋਂ ਆਪਣਾ ਆਪ ਕਰਵਾ ਫਿਰ ਕਿਹਸਾ ਪ੍ਰੇਮ ਜੋ ਤੋ ਪ੍ਰੇਮ ਖੇਲਣ ਕਾ ਜਾ ਸਿਰ ਧਰ ਤਲੀ ਗਲੀ ਮੇਰੀ ਆਉ ਇਤਵਾਦ ਗਪੈਰ ਤਰੀ ਜੈ ਸਿਰ ਦੀਜੈ ਕਾਨ ਨਾ ਕੀਜੈ ਕਿਉਂਕਿ ਪ੍ਰੇਮ ਹੈ ਸਮਰਤ ਗੁਰੂ ਦੇ ਨਾਲ ਆਪਣਾ ਆਪ ਕੁਰਬਾਨ ਜਿਨ੍ਹਾਂ ਦਾ ਪ੍ਰੇਮ ਉਸ ਮਾਲਕ ਨਾਲ ਹੈ ਕਿ ਸਭ ਕੁਝ ਮਾਲਕ ਨੂੰ ਸੌਂਪਿਆ ਹੈ ਤਨ ਮਨ ਧਨ ਗੁਰੂ ਦਾ ਹੈ ਵੀਰਾਂ ਮੋਲ ਅਮੋਲ ਸੱਚ ਘਰ ਢੋਲ ਪ੍ਰਭ ਭਾਵੇਂ ਤਾਂ ਮਉਂਦ ਭਲੀ ਇੱਕ ਸੰਗ ਹਰ ਕੇ ਕਦਰ ਹੈ ਦਲੀਆਂ ਹੋ 呼ਕਾਰੀ ਦਾਖ ਖਲੀ ਮੋਲ ਤੇ ਅਮੋਲ ਜੋ ਸੱਚ ਸਰੂਪ ਪਿਆਰਾ ਜੇ ਚਾਹੇ ਤੋ ਇਸਦੀ ਭਲੀ ਹੋ ਜਾਂਦੀ ਉਸਦੀ ਬਖਸ਼ਿਸ਼ ਹੈ ਉਹ ਇੱਕ ਤਾਂ ਹਰੀ ਪਿਆਰੇ ਦੇ ਸੰਗ ਖੁਸ਼ੀਆਂ ਕਰਦੀ ਹੈ ਔਰ ਮੈਂ ਦਰ ਖੜੀ ਪੁਕਾਰਦੀ ਖਾਂ ਕਿ ਕਦੋਂ ਮੇਲ ਹੋਵੇ ਮੇਰੇ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਕਾਰਣ ਕਾਰਣ ਸੰਗ ਰੱਥ ਸ੍ਰੀ ਧਰ ਆਪਕਾਰ ਜਸਾ ਰੇ ਨਾਨਕ ਨਦਰੀ ਧਨ ਸੁਹਾਗ ਸ਼ਬਦ ਆਵਸਾਰ ਹੈ ਕੀ ਕਰਨ ਕਾਰਨ ਕੀ ਸਮਰਥ ਕੀ ਸ੍ਰੀ ਧਰਮ ਦੇ ਵਾਹੀ ਗੁਰ ਆਪ ਮੇਰੇ ਕਾਜ ਦਾਸ ਕਰੋ ਕਿਉਂਕਿ ਤੇਰੀ ਅੱਗੇ ਬੇਨਤੀ ਹੈ ਕਿ ਤਾ ਲੋੜੀ ਹੈ ਕਾਮ ਸੁਖਦ ਪੈ ਆਖੀ ਹੈ ਕਾਜ ਦੇ ਸਵਾਰ ਸਤ ਗੁਰ ਸੱਚ ਸਾਖੀ ਉਨਕੇ ਤੇਰੀ ਅਗੇ ਵੰਤੀ ਹੈ ਕੀਤਾ ਲੋੜੀਏ ਕੰਮ ਸੋ ਹੱਥ ਪੈ ਆਖੀ ਐ ਉਹ ਵਾਹੀ ਗੁਰੂ ਨੂੰ ਕਹਿਣਾ ਕੀਤਾ ਲੋੜੀਏ ਕੰਮ ਸੋ ਹੱਥ ਪੈ ਆਖੀ ਐ ਕਾਜ ਜੁਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਕੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਕਿਉਂਕਿ ਤੂੰ ਮਾਲਕ ਹੈ ਤੂੰ ਚਾਹੇ ਖਿੰਨ ਪਲ ਵਿੱਚ ਧਾਰ ਦਿੰਦਾ ਹੈ ਤੂੰ ਚਾਹੇ ਛੋਟੇ ਕਾਰਜ ਤੋਂ ਵੱਡਾ ਕਾਰਜ ਕਰ ਦਿੰਦਾ ਹੈ ਨੇ ਸ਼ਬਦ ਕਰਕੇ ਖਿਰਦੇ ਨੂੰ ਸ਼ੁੱਧ ਕੀਤਾ ਉਸ ਸਹਾਗਣ ਇਸਤ ਦੀ ਧੰਤਾ ਦੇ ਜੋਗ ਧਨ ਹੋ ਗਏ ਇਸ ਤਰ੍ਹਾਂ ਕਾ ਬੇਨਤੀ ਸੁਣ ਕੇ RAM ਪਿਆਰੇ ਮੇਰੇ ਵਾਹੇ ਗੁਰੂ ਨੇ ਅੰਕ ਸੇ ਮੁੰਦ ਜੋਬਨ ਵਾਲੜੀ ਨੂੰ ਲਾ ਲਿਆ ਆਪ ਮਲਾਇਆ ਤਲੁਕੀ ਦੇ ਮਾਲਕ ਨੇ ਤਬ ਨਿਹਾਲ ਨਿਹਾਲ ਹੋਈ ਸ਼ਖੀਆਂ ਨੂੰ ਕੀ ਕਹਿੰਦੀ ਹੈ ਘਰ ਹਮ ਕਰ ਸਾਚਾ ਸੋਹੇ ਲੜਾ ਪ੍ਰਭ ਆਇੜੇ ਮੀਤਾਰਾਮ ਰਾਵੀ ਰੰਗ ਰਾਤੜਿਆ ਧਨ ਲੀੜਾ ਦੀ ਤਾਰੋਂ ਅਬ ਸਾਡੇ ਘਰ ਵਿੱਚ ਸੱਚਾ ਆਨੰਦ ਹੋਇਆ ਹੈ ਕਿਉਂਕਿ ਰਾਮ ਪ੍ਰਭੂ ਮੀਤ ਦਾ ਸਾਹਯਦਕਾਰ ਹੋਇਆ ਮੇਰਾ ਪਿਆਰਾ ਵਾਹੀ ਗੁਰ ਮੰਨ ਦੇਆ ਮੰਨ ਦਿੱਤਾ ਤੋ ਪਿਆਰੀ ਨੂੰ ਲੈ ਲਿਆ ਆ ਮੀਰੀ ਰੰਗ ਪ੍ਰੇਮ ਸੀ ਰਤੀ ਹੋਏ ਰਵਣ ਕਰਦੇ ਨਹੀਂ ਆਪਣਾ ਮਨ ਦੀਆ ਹਦ ਬਦ ਲੀਆ ਜਿਉ ਪਾਵੈ ਥਿਉ ਰਾਵੈ ਤਨ ਮਨ ਭਿਰ ਆਗੇ ਸਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ ਮੈਂ ਆਪਣਾ ਮਨ ਦਿੱਤਾ ਮਨ ਵੇਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਜ ਜਤਾਸ ਔਰ ਵਦਲੇਆ ਜੈਸੀ ਚਾਹੇ ਤੈਸੀ ਭੋਗੇ ਮੇਰਾ ਮਨ ਤਨ ਪਿਆਰੇ ਦੇ ਅਗੇ ਅਰਪਣ ਹੈ ਗੁਰੂ ਉਪਦੇਸ਼ ਕਰਕੇ ਮੇਰੇ ਅੰਤਿ ਸ਼ਕਨ ਸੁਭਾਗੇ ਹੋ ਗਏ ਅੰਮ੍ਰਿਤ ਫਲ ਪ੍ਰੀਤੀ ਰੰਗ ਦਾ ਰਸ ਮੈਂ ਪਾ ਰਹੀ ਹਾਂ ਬੋਧਾ ਪਾਠ ਨਾ ਪਾਈਏ ਬਹੁਤ ਤਰਾਈਏ ਭਾਏ ਮਿਲੈ ਮੰਦਪਾਨ ਨਾਨਕ ਠਾਕ ਦੇ ਮੀਤ ਹਮਾਰੇ ਖਾਮਾ ਨਹੀਂ ਲੋਕਾਂ ਦੇ ਸੋ ਇਹ ਸਖਿਓ ਬੁੱਧੀ ਦੀ ਬਹੁਤ ਚਤਰਾਈ ਕਰਕੇ ਔਰ ਪਾਠ ਕਰਕੇ ਪਿਆਰਾ ਪ੍ਰਾਪਤ ਨਹੀਂ ਹੁੰਦਾ ਇਹ ਤੂੰ ਪ੍ਰੇਮ ਕਰਕੇ ਮਨ ਵਿੱਚ ਭਾਵਣੇ ਨਾਲ ਮਿਲਦਾ ਅਬ ਠਾਕਰ ਹਮਾਰਾ ਖਾਮ ਠਾਕਰ ਦੇ ਦਾਸਾ ਅਬ ਗਮ ਲੋਕਾਂ ਦੇ ਨਹੀਂ ਲੋਕੇ ਹੋਏ ਨਹੀਂ ਪਰਗਟਾ ਨਾਨਕ ਠਾਕਰ ਮੀਤ ਖਵਾਰੇ ਖਮ ਨਾਹੀ ਲੋਕਾਣੀ ਆਸਾ ਮਗਲਾ ਉਪਨ ਪਹਿਲਾ ਅਨਹਦੋ ਅਨਹਦੋ ਬਾਜੈ ਰਣ ਝੁਣ ਕਾਵੇ ਰਾਮ ਮੇਰਾ ਮਨੋ ਮੇਰਾ ਮਨ ਰਤ ਲਾਲ ਪਿਆਰੇ ਰਾਮ ਅਬ ਮੇਰੇ ਕੋ ਇੱਕ ਰਸ ਖਦ ਸੇ ਰਹਿਤ ਰਾਮ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਲੇ ਇੱਕ ਰਸ ਵਾਜੇ ਵਜੇ ਨੇ ਮਹਾ ਵਾਕਾਂ ਨੂੰ ਉਚਾਰ ਦੇ ਹਾਂ ਮੇਰਾ ਮਨ ਅਮੋਲਕ ਪਿਆਰੇ ਰਾਮ ਨੂੰ ਮੇਰਾ ਆਪਣਾ ਸੁਆਮੀ ਮੰਨ ਕਰਕੇ ਤੇ ਇਸ ਵਿੱਚ ਦਿੱਤੇ ਆ ਕਿ ਮੇਰਾ ਮਾਲਕ ਇਹ ਮੇਰਾ ਸੁਆਮੀ ਹੈ ਮਨ ਰਤਿਆ ਗਿਆ ਆਨੰਦ ਦਿਨ ਰਾਤ ਮਨ ਵੈਰਾਗੀ ਸੋਨ ਮੰਡਲ ਘਰ ਪਾਇਆ ਮਨ ਵਿਰਾਗਵਾਨ ਹੋ ਗਿਆ ਰਾਤ ਦਿਨ ਇਸ ਵਿੱਚ ਰਤਿਆ ਆ ਫੁਰਪੂਰਨ ਸਰੂਪ ਵਿੱਚ ਘਰ ਪਾਇਆ ਅਸਤਿਤ ਹੋਏ ਖਾਂ ਇਹ ਬਖਸ਼ੀਸ਼ਾਂ ਤਾਂ ਲੋਕੀ ਦੇ ਮਾਲਕ ਦੀਆਂ ਮਿਲੀਆਂ ਨੇ ਆਦਿ ਪੁਰਖ ਅਪਰੰਪਰ ਪਿਆਰਾ ਸਤ ਗੁਰੂ ਅਲਖ ਲਖਾਇਓ ਐਸਾ ਆਦਿ ਪੁਰਖ ਅਪਰੰਪਰ ਅਲਖ ਪਿਆਰਾ ਸੋ ਸਤ ਗੁਰੂ ਨੇ ਲਿਖਾ ਦਿੱਤਾ ਆਸਣ ਬੈਸਨ ਥਿਰ ਦਾਰਾਇਣ ਤਿਤ ਮੰਨ ਰਾਤਾ ਵਿਚਾਰੇ ਨਾਨਕ ਨਾਮ ਰਤੀ ਵੈਰਾਗੀ ਅਨਹਦ ਰਣ ਚੁਣ ਕਾਰੇ ਅਬ ਨਾਰਾਇਣ ਸਰੂਪ ਵਿਚ ਥਿਰ ਆਸਣ ਕਰਕੇ ਜਿਹੇ ਹੋ ਕੇ ਬੈਠਣਾ ਕੀਤਾ ਹੈ ਜਿਸ ਨਾਰਾਇਣ ਦੇ ਵਿਚਾਰ ਵਿਚ ਮਨ ਰਤਿਆ ਹੋਇਆ ਹੈ ਜੋ ਵੈਰਾਗੀ ਨਾਮੀ ਵਿਚ ਮਸਤ ਨੇ ਸੋ ਇੱਕ ਰਸ ਆਨੰਦ ਵਾਲੇ ਹੋ ਰਹੀ ਹੈ ਕਿਉਂਕਿ ਪਰਵਾਦਤ ਦੀ ਪਹਿਲੀ ਮੰਜ਼ਲ ਵਿਰਾਗ ਹੈ ਤੰ ਧਨ ਵਾ ਵਾ ਇਸਤ ਸੰਗ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ ਪਹਿਲ ਪਸਾ ਵਿਰਾ ਪਹਿਲੀ ਮੰਜ਼ਲ ਵਿਰਾਗ ਪਰਵਾਦਤ ਦੀ ਮਨ ਗੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋਤੀ ਰਾਤਾਂ ਮਨ ਬੈਰਾਗੀ ਹੋਇਆ ਹੈ ਦਰਸ਼ਨ ਦੀ ਅਵਲਾਖਾ ਉਹ ਥਾਣ ਵੀ ਤੇਰਾ ਧਨ ਹੈ ਜਿੱਥੇ ਤੂੰ ਪਤਖ ਮੇਰੇ ਸਤਿਗੁਰੂ ਗੁਰਦੇਵ ਬੈਠਾ ਹੈ ਪਰ ਮਨ ਬੈਰਾਗੀ ਤੂੰ ਸੰਗਤ ਕਰਦੇ ਆਂ ਕਰਦੇ ਆਂ ਨਾਮ ਜਪਦੇ ਆਂ ਜਪਦੇ ਆਂ ਮਨ ਬੈਰਾਗੀ ਹੋ ਜਾਵੇ ਸਮਝੋ ਰੰਗ ਲੱਗਿਆ ਸਤਿਗੁਰੂ ਦੀ ਬਖਸ਼ੀਸ਼ ਹੋਈ ਹੈ ਤਿਤ ਆਗਮ ਤਿਤ ਆਗਮ ਪੁਰੇ ਕਹ ਕਿਤ ਵਿਦ ਜਾਈਐ ਰਾਮ ਜੋ ਮਨ ਬਾਣੀ ਤੇ ਪਰੇ ਤਿਸ ਪੂਜਨ ਰਾਮ ਵਿੱਚ ਕਿਸ ਪ੍ਰਕਾਰ ਜਾਈਏ ਕਿਵੇਂ ਪ੍ਰਾਪਤ ਹੋਈ ਉਸ ਮਾਲਕ ਮੇਰੇ ਵਾਹਿ ਗੁਰੂ ਨਾਲ ਮੇਲ ਕਿਵੇਂ ਹੋਵੇ ਸਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਸੱਚ ਸੰਜਮੋ ਸਾਧ ਗੁਨਾ ਗੁਰ ਸਬਦ ਕਮਾਈਐ ਰਾਮ ਸੱਚ ਸਬਦ ਕਮਾਈਐ ਨਿਝ ਘਰ ਜਾਈਐ ਪਾਈਐ ਗੁਣੀ ਨਦਾਨੋ ਪਾਤਸ਼ਾਹ ਪਰਮਉਦੇਨੀ ਪਿਆਰੀਓ ਸੱਚ ਸੰਜਮੋ ਸਾਧ ਗੁਨਾ ਗੁਰ ਸਬਦ ਕਮਾਈਐ ਰਾਮ ਸੱਚ ਸੰਜਮ ਇੰਦਰੀਆਂ ਨੂੰ ਜਿੱਤਣਾ ਕਿਉਂਕਿ ਇੰਦਰੇ ਆਪਣੇ ਆਪਣੇ ਵਿਸ਼ੇ ਕਨੀ ਖਿੱਚਦੇ ਨੇ ਜੋ ਨੇਤਰ ਨੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹ ਨਿਤਰੀ ਆਪਣੇ ਰੱਜ ਦੇ ਨਹੀਂ ਤਮਾਸ਼ਿਆਂ ਨੂੰ ਰਾਗ ਰੰਗ ਨੂ ਦੇਗੀ ਫਿਰ ਚਾਹੁੰਦੇ ਨੇ ਦੇਖਾ ਉਸ ਤੋਂ ਤਨਿੰਦਾ ਕੰਨ ਸੁਣਦੋ ਮਨ ਤੇ ਹਾਸੇ ਸਾਦੀ ਜੀਵਨ ਆ ਰੱਜੀਆਂ ਕਰ ਭੋਗ ਬਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੀ ਰੱਜ ਨਾ ਕੋਈ ਜੀਵੇ ਆ ਕੂੜੇ ਪਰਵਾਸੀ ਪੀਰ ਮਰੀ ਦਾ ਪਰਹੜੀ ਸੱਚੀ ਰਹਿਰਾਸੀ ਕਿਉਂਕਿ ਮਨੁੱਖ ਨੂੰ ਰੱਜ ਨਹੀਂ ਆਇਆ ਪਦਾਲਥਾਂ ਦੇ ਚੱਖਿਆਂ ਭਾਵੇਂ ਆਜੂ 100 ਵਰਸ ਦੀ ਹੋ ਗਈ ਫਿਰ ਵੀ ਕਹਿੰਦਾ ਅਜੇ ਮਜ਼ਦੂ ਨਾ ਹੋਵਾਂ ਅਜੇ ਮੈਂ ਖੂਦ ਜੀਉਣਾ ਹੈ ਅਜੇ ਵਿਹਾਰ ਧੰਦੇ ਬੜੇ ਰਿੰਝੇ ਕਿਉਂਕਿ ਰਾਜ ਨਹੀਂ ਆਇਆ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚ ਸੰਜਮੋਂ ਸਾਧ ਗੁਣਾ ਗੁਰ ਸਬਦ ਕਮਾਈਐ ਰਾਮ ਸੱਚ ਸਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਸੱਚ ਸੰਜਮ ਇੰਦਰੀਆਂ ਦਾ ਜਤਨਾ ਕਿਉਂਕਿ ਸਾਰੀ ਇੰਦਰੀ ਆਪਣੀ ਆਪਣੀ ਵਿਸ਼ੇ ਕਨੀ ਖਿੱਚਦੇ ਨੇ ਅਕਾਲ ਪੁਰਖ ਦੇ ਗੁਣਾ ਨੂੰ ਸੰਭਾਲੀਏ ਇੰਦਰੀ ਇੰਦਦਿਆਂ ਨੂੰ ਜਿੱਤੀਏ ਜਦ ਸੱਚੀ ਉਪਦੇਸ਼ ਨੂੰ ਕਮਾਵਾਂਗੇ ਗੁਰ ਸ਼ਬਦੀ ਗੁਰਮਤੀਏ ਬਣ ਜਾਵਾਂਗੇ ਗੁਣਾ ਦਾ ਖਜ਼ਾਨਾ ਗਿਆਨ ਪਾ ਲਵਾਂਗੇ ਤਬ ਆਪਣੀ ਸੂਬ ਵਿੱਚ ਪ੍ਰਾਪਤ ਹੋ ਜਾਵਾਂ ਤਿਤ ਸਾਖਾ ਮੂਲ ਪਤ ਨਹੀਂ ਢਾਲੀ ਸਿਰ ਸਭ ਨ ਪਰਧਾਨ ਇਸ ਨਿਜ ਸੂਬ ਦੇ ਵਿੱਚ ਅਵਿਧਿਆ ਅਗਿਆਨ ਨਹੀਂ ਹੈ ਨਾ ਅਵਿਦਿਆ ਹੈ ਨਾ ਗਿਆਨ ਅਗਿਆਨ ਉਸ ਵਿੱਚ ਨਹੀਂ ਨਾ ਵਿਦਿਆ ਨਾ ਤਿੰਨ ਗੁਣ ਰੂਪ ਸਾਖਾਂ ਦੇ ਤਿੰਨ ਗੁਣ ਕਿਹੜੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹਦਾ ਗੁਣਾ ਵਿੱਚ ਇਹ ਜਗਤ ਸੰਸਾਰ ਆਪਾਂ ਵਿਛੜਦੇ ਹੀ ਖਾਂ ਉੱਥੇ ਤਿੰਨ ਗੁਣ ਵੀ ਨਹੀਂ ਵਾਸ਼ਨਾ ਪਤ ਸੰਕਲਪ ਵਿਕਲਪ ਵੀ ਨਹੀਂ ਜਿਵੇਂ ਸੰਗਤ ਵਿੱਚ ਬੈਠੇ ਖਾਂ ਸੰਕਲ ਵਿਕਲਪ ਫੁਰਨੇ ਫੁਰਦੇ ਨਹੀਂ ਉੱਥੇ ਫਿਰ ਫੁਰਨੇ ਨਹੀਂ ਫੁਰਦੇ ਇੱਕ ਮਨ ਇੱਕ ਚਿੱਤ ਹੋ ਜਾਂਦਾ ਹੈ ਮਨ ਇਹ ਚਿੱਤ ਦੁਹਾੜ ਨਹੀਂ ਹੁੰਦਾ ਤਿਸ ਭਾਵ ਅਧਿਸ਼ਟਾਂਤ ਵਿੱਚ ਸਾਖਾ ਤਿੰਨ ਵਾਸ਼ਨਾ ਨਹੀਂ ਸਭ ਜੀਵਾਂ ਦੇ ਸਿਰ 'ਤੇ ਤਿਸ ਦੀ ਆਗਿਆ ਪਰ ਆਪ ਪ੍ਰਧਾਨ ਹੈ ਮੇਰਾ ਵਾਹਿਗੁਰੂ ਜਾਪ ਤਾਪ ਕਰ ਕਰ ਸੰਜਮ ਥਾ ਕੀ ਖੱਟ ਨੈ ਗ੍ਰਹਿ ਨਹੀਂ ਪਾਈਐ ਜਪ ਤਪ ਸੰਜਮ ਕਰਕੇ ਸੇਟੀ ਥੱਕ ਰਹੀ ਹੈ ਖੱਟ ਦੇ ਰੋਕਿਆ ਗ੍ਰਹਿਣ ਕਰਿਆ ਨਹੀਂ ਪਾਈ ਦਾਨ ਕਿ ਸਹਿਜ ਮਿਲੇ ਜਗ ਜੀਵਨ ਸਤ ਗੁਰੂ ਬੂਝ ਬੁਝਾਈਐ ਜਦ ਸਤ ਗੁਰੂ ਬੂਝ ਬੁਝਾ ਦੇਵਣ ਭਾਵ ਗੁਰੂ ਨੇ ਸੋਚੀ ਦੇਣੀ ਗੁਰੂ ਤੋਂ ਬਿਨਾ ਗਤ ਨਹੀਂ ਸਤ ਗੁਰ ਬਾਝੋਂ ਗੁਰ ਨਹੀਂ ਕੋਈ ਨੇ ਗੁਰੇ ਕਾਹ ਹੈ ਨਾਉ ਬੁਦਾ ਨੇ ਗੁਰੇ ਪੁਛਦਾ ਤਾਂ ਨਾ ਲੈਣਾ ਮਾੜਾ ਜੋ ਗੁਰੂ ਪੀਰ ਦਾ ਬਣਿਆ ਹੀ ਨਹੀਂ ਕਿਉਂਕਿ ਸੰਧਾਪ ਉਪਦੇਸ਼ ਕਲਗੀਧਰ ਮਹਾਰਾਜ ਸਤ ਗੁਰਾਂ ਦੀ ਪਾਵਨ ਬਚਨ ਨਹੀਂ ਕਿ ਗੁਰੂ ਆਲਾ ਬਾਣ ਠੰਡੇ ਵਾਟੇ ਦਾ ਅੰਮ੍ਰਿਤ ਛਕ ਜਦ ਤੱਕ ਤੂੰ ਗੁਰੂ ਆਲਾ ਨਹੀਂ ਬਣਦਾ ਤੇਰੀ ਗਤੀ ਨਹੀਂ ਹੋਣੀ ਨੇ ਗੁਰੇ ਪੁਛਦਾ ਤਾਂ ਨਾ ਲੈਣਾ ਵੀ ਮਾੜਾ ਸਤਗੁਰੂ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ ਬੁਝਾਈ ਐ ਜਦ ਸਤਗੁਰੂ ਸਮਤ ਦੇ ਤਦ ਸਹਿਜ ਗਿਆਨ ਜਗ ਜੀਵਨ ਪਤੀ ਮਿਲਦਾ ਕਿਉਂਕਿ ਗੁਰੂ ਤੋਂ ਗਿਆਨ ਮਿਲੇ ਆ ਗੁਰੂ ਨੇ ਸੋਝੀ ਦਿੱਤੀ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਲਤਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੋਦ ਸਾਰ ਗੁਰ ਰਤਨਾਗ ਤਿਤ ਰਤਨ ਕਣੇਰੇ ਰਾਮੂ ਕਾਦਰ ਮਜਨੋ ਸਬਤ ਸਰੀ ਮਨ ਨਿਰਮਲ ਮੀਰੇ ਰਾਮੂ ਗੁਰੂ ਸਮੁੰਦਰ ਨੇ ਸਮੁੰਦਰ ਵਿੱਚ ਸਭ ਕੁਝ ਹੈ ਐਸੇ ਗੁਰੂ ਸਮਰਥ ਨੇ ਵਿੱਚ ਸ੍ਰੇਟ ਰਤਨ ਵੀ ਨੇ ਗੁਰੂ ਸਮੁੰਦਰ ਰੂਪ ਸ੍ਰੇਸ਼ਟ ਰਤਨਾ ਦੀ ਖਾਨ ਨੇ ਵਿੱਚ ਬਿਲਾਗ ਵਿਵੇਕ ਪ੍ਰੇਮ ਆਦਿਕ ਬਹੁਤ ਰਤਨ ਨੇ ਸਹਿਤ ਪਤ ਦੇ ਜੋ ਸਤ ਸੰਗ ਸਾਰੇ ਹੈ ਇਹ ਸਤ ਸੰਗ ਜੋ ਸਤ ਗੁਰਾਂ ਨੇ ਆਪਾਂ ਨੂੰ ਬਖਸ਼ੀ ਹੈ ਸ਼ੀਗਰ ਵਿਸ਼ਿਆਂ ਦੀ ਤਲਬ ਤੋਂ ਸੁਗੰਧ ਕਰਕੇ ਇਸ ਵਿੱਚ ਮੱਜਨ ਕਰਿ ਇਸ਼ਨਾਨ ਕਰ ਕਿਉਂਕਿ ਇੱਕ ਸਨਾਮ ਸਦੋਬਰ ਦਾ ਇੱਕ ਇਸ਼ਨਾਨ ਸੰਗਤ ਦਾ ਵੀ ਹੈ ਸੰਗਤ ਸੰਤਮਲਾਏ ਖਾਲਸਾ ਦੇ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਭਏ ਪਵਿੱਤ ਸਰੀਰ ਦਾ ਇਸ ਸਰੀਰ ਆਪਣਾ ਪਾਵਨ ਹੋ ਜਾਂਦਾ ਹੈ ਗੁਰੂ ਨਾਨਕ ਜੀ ਦੀ ਸੰਗਤ ਵਿੱਚ ਜੁੜੇ ਆ ਬੈਠੇ ਆ ਸਤਗੁਰੂ ਦੀ ਪਾਵਨ ਬਾਣੀ ਨੂੰ ਸਰਵਣ ਕਰੇ ਆ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਹੀ ਮੇਰੇ ਭਾਈ ਤਦ ਮਨ ਤੇਰਾ ਨਿਰਮਲ ਹੋ ਜਾਵੇਗਾ ਨੇ ਤਾਂ ਮਨ ਲਾ ਜਲਨਾ ਇਹ ਜਾ ਪ੍ਰਭ ਭਾਏ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਉਲਤਾਰੇ ਜੋ ਪ੍ਰਭੂ ਦੇ ਪਿਆਰੇ ਲਗਦੇ ਨੇ ਜੋ ਮੇਰੀ ਵਾਹਿਗੁਰੂ ਨੂੰ ਪਿਆਰੇ ਲਗਦੇ ਨਹੀਂ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਕਿਹੜੇ ਭਗਤ ਨੇ ਜੋ ਮੇਰੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਨਿਤ ਦੇ ਨੇਮੀ ਨੇ ਉਹ ਵਾਹਿਗੁਰੂ ਨੂੰ ਬੜੇ ਪਿਆਰੇ ਲੱਗਦੇ ਨੇ ਉਹਨਾਂ ਦੀ ਬੇਨਤੀ ਅਰਦਾਸ ਅਰਜ ਕਦੇ ਵਿਅਰਥ ਨਹੀਂ ਜਾਂਦੀ ਤੇ ਇਹਨਾਂ ਨੂੰ ਵਿਚਾਰਵਾਨ ਕੌਣ ਮਿਲੇ ਆ ਰੱਬ ਦੀ ਸੰਤ ਮਿਲੇ ਨੇ ਨੈਦੰਬਲ ਜਲਨ ਆਏ ਜਾ ਪ੍ਰਭ ਭਾਈ ਪੰਜ ਮਿਲੇ ਵਿਚਾਰੇ ਪੰਜ ਸੰਤਾਂ ਨੂੰ ਆਖੇ ਆ ਸਤਗੁਰਾਂ ਦੀ ਪਾਵਨ ਬਚਨ ਵੀ ਨੇ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚਾਂ ਨੂੰ ਪ੍ਰਧਾਨਗੀ ਹੈ ਅੱਜ ਵੀ ਜਗਤ ਸੰਸਾਦ ਪਿੰਡਾਂ ਨਗਰਾਂ ਵਿੱਚ ਪੰਜ ਸਰਪੰਚ ਬੰਨਦੇ ਨੇ ਪਰ ਪੰਜ ਇਹ ਰੱਬ ਦੇ ਜਨ ਨੇ ਇਹਨਾਂ ਦਾ ਕਿਹਾ ਦਰਗਾਹ ਵਿੱਚ ਮੰਨਿਆ ਜਾਂਦਾ ਹੈ ਜਾਂ ਕਾ ਕਹਿਆ ਦਦ ਗਹਿ ਚੱਲੇ ਸੋ ਕਿਸ ਕੋ ਨਦਰ ਲਿਆ ਆਵੇ ਚੱਲੇ ਪਾਤਸ਼ਾਹ ਫਰਮਾਉਂਦੇ ਨੇ ਦਚਾਵਾਂ ਸੰਤ ਮਿਲੇ ਕਿਨਾ ਨੂੰ ਜੋ ਪ੍ਰਭੂ ਨੂੰ ਪਿਆਰੇ ਲੱਗੇ ਕਿਉਂਕਿ ਮਲਾਵਣ ਵਾਲਾ ਮੇਰਾ ਵਾਹੀ ਗੁਰੂ ਹੈ ਸਤਗੁਰਾਂ ਦੇ ਪਾਵਨ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਖਾਸ ਕਿਰਪਾ ਤੇ ਸੰਤ ਭੀਟਿਆ ਨਾਨਕ ਮਨ ਪਰਗਾਸ ਕਿਰਪਾ ਉਸ ਦਾਤੀ ਪਰੀਪੂਰਨ ਪਰਮਾਤਮਾ ਦੀ ਹੁੰਦੀ ਹੈ ਤੇ ਰੱਬ ਦਾ ਜਨ ਜੁੜਿਆ ਹੋਇਆ ਬ੍ਰਹਮ ਸਰੋਤਰੀ ਬ੍ਰਹਮ ਦੇਤੀ ਗੁਰੂ ਮਿਲਦਾ ਜਿਸ ਦੇ ਜਰੀਏ ਬਖਸ਼ੀਸ਼ਾਂ ਹੋ ਜਾਂਦੀਆਂ ਨੇ ਜੋ ਐਸੀ ਨਿਰਮਲ ਜਲ ਵਿੱਚ ਇਸ਼ਨਾਨ ਕੀਤਾ ਜਿਨ੍ਹਾਂ ਨੇ ਸੋ ਤੇਨਾ ਦੇ ਕਾਮ, ਕ੍ਰੋਧ, ਕਪਟ, ਵਿਖਿਆ ਵਕਾਰਾਂ ਨੂੰ ਵਿਸ਼ੇ ਵਕਾਰ ਜੋ ਨਰਕ ਦਾ ਭਾਗੀ ਬਣਾ ਬਣ ਵਾਲੇ ਨੇ ਤਿਆਗ ਦਿੱਤੇ ਸੱਚੀ ਦੇ ਨਾਮ ਨੂੰ ਖਿਰਦੇ ਵਿੱਚ ਧਾਰਨ ਕਰ ਲਿਆ ਖ ਮੈ ਲੋਭ ਲਹਿਰ ਲਭ ਥਾ ਕੇ ਪਾਏ ਦੀਨ ਦਇਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਪਿਆਰਿਓ ਹਉ ਮੈਂ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਇਆਲਾ ਹੰਤਾਤੀ ਮਮਤਾ ਲੋਭ ਲਹਿਰ ਆਦਿਕ ਜੋ ਵਿਕਾਸ ਸੀ ਸਭ ਥੱਕ ਗਏ ਨਹੀਂ ਰਹਿ ਚੁੱਕੇ ਨੇ ਇਹਨਾਂ ਦਾ ਕੋਈ ਵਸ ਨਹੀਂ ਚੱਲਦਾ ਖਰੀ ਦੀਨ ਦਿਆਲੂ ਮੇਰਾ ਵਾਹਿਗੁਰੂ ਪਾਇਆ ਉਹ ਗੁਰੂ ਦੇ ਸਮਾਨ ਤੀਰਥ ਪਾਵਨ ਪਵਿੱਤਰ ਕਰਤਾ ਕੋਈ ਹੈ ਹੀ ਨਹੀਂ ਕਿਉਂਕਿ ਗੁਰੂ ਤੀਰਥ ਰੂਪ ਨਹੀਂ ਜਿੱਥੇ ਗੁਰੂ ਚਰਨ ਪਾ ਦੇ ਉਹ ਮਹਾਨ ਤੀਰਥ ਬਣ ਜਾਂਦਾ ਉਹ タルਤੀ ਪਾਵਨ ਪੂਜਣ ਯੋਗ ਹੋ ਜਾਂਦੀ तीरथ ਧੰਦਾਵਨ ਜਾਓ ਤੀਰਥ ਨਾਮ ਹੈ ਜੋ ਕੇ ਨਾਮ ਹੀ ਤੀਰਥ ਹੈ ਨਾ ਉਹ ਬਹਾਨ ਤੀਰਥ ਹੈ ਬਾਦਸ਼ਾਹ ਫਰਮਾਉਂਦੇ ਨਹੀਂ ਗੁਰੂ ਦੇ ਸਮਾਨ ਤੀਰ ਪਾਵਨ ਕਰਤਾ ਕੋਈ ਨਹੀਂ ਸੱਚੇ ਗੋਪਾਲ ਰੂਪ ਗੁਰੂ ਨੇ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੀ ਗੁਰ ਗੋਪਾਲਾ ਜੋ ਸੱਚੇ ਨੂੰ ਜਪਦਾ ਵੇ ਤਨ ਤਨ ਬਾਬਾ ਨਾਨਕ ਸਿੰਘ ਵਾਹਰਾਜ ਨਾਮ ਦੇ ਰਸੀਏ ਪੂਰਨ ਬ੍ਰਹਮ ਗਿਆਨੀ ਬ੍ਰਹਮ ਸਦੋਤਰੀ ਬ੍ਰਹਮ ਦੇਹਤੀ ਗੁਰੂ ਜਿਨ੍ਹਾਂ ਨੇ ਜਪਿਆ ਮੇਰੇ ਵਾਹੀਂ ਗੁਰੂ ਗੁਰੂ ਨਾਨਕ ਨੂੰ ਪ੍ਰਤੱਖ ਕਰਕੇ ਪੂਜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਪ੍ਰਗਟ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੇ ਕੈਸੀਆਂ ਬਖਸ਼ੀਆਂ ਤੀਰਤ ਆਪផល ਸਣੇ ਆਉਂਦੇ ਨੇ ਤਾੜ ਤੀਰਤ ਬਹਾਤਮਾ ਦੀ ਚੰਨਾ ਦੀ ਧੂੜੀ ਲਈ ਕਿ ਕੈਸੀ ਆਮਕਸ਼ੀਸ਼ਾ ਜੰਗਲਾਂ ਵਿੱਚ ਮੰਗਲ ਲੱਗ ਕੇ ਰਿੱਧੀਆਂ ਸਿੱਧੀਆਂ ਚੱਲ ਕੇ ਆ ਗਈਆਂ ਜਿੱਥੇ ਰੱਬ ਦਾ ਜਨ ਆਪ ਬੈਠਾ ਹੈ ਸਤਗੁਰਾਂ ਦੀ ਭਾवन ਬਚੇ ਨਹੀਂ ਉਸ ਪਾਵਨ ਧਰਤੀ ਪ੍ਰਤੀ ਭਾਵੇਂ ਜੰਗਲ ਬੀਆਬਾਨ ਹੋ ਗਏ ਬੈਕੌਂਟ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਦੇ ਦਮਾਹੀ ਨਵਾਸਾ ਉਹ ਬੈਕੌਂਟ ਤਾਂ ਬੈਕੌਂਟ ਨਗਰ ਹੈ ਜੋ ਆਬਾ ਜੀ ਨੇ ਜੰਗਲਾਂ ਵਿੱਚ ਮੰਗਲ ਲਾਏ ਨੇ ਖੋ ਬਨ ਬਨੋ ਦੇਖ ਗੀਤਣ ਦੇਖ ਸੁਆਯਾ ਰਾਮ ਤਰੇ ਭਵਨੋ ਤੁਝ ਹੈ ਕੀਆ ਸਭ ਜਗਤ ਸੁਆਯਾ ਰਾਮ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਰੀਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਨੇ ਮੈਂ ਸਰਬ ਬਣਾ ਵਿੱਚ ਅਤੀਤ ਬਣ ਕੇ ਬਣਾ ਵਿੱਚ ਦੇਖ ਰਹੀ ਹਾਂ ਕਿ ਰਾਮ ਹੀ ਮੇਰੇ ਵਾਹੇ ਗੁਰੂ ਸਭ ਕਾਸ਼ ਵੀ ਦੇਖਿਆ ਬ੍ਰਹਮਾ ਤੋਂ ਲੈ ਕੇ ਕੀਟੀ ਪ੍ਰਯੰਤ ਦੇਖਿਆ ਸੰਧਾਂਤ ਇਹ ਵਿਚਾਰਿਆ ਕਿ ਤਰਲੂਕੀ ਰੂਪ ਸਭ ਜਗਤ ਤੈਂ ਰਜਿਆ ਕੋਈ ਦੂਜਾ ਰਚਣ ਵਾਲਾ ਨਹੀਂ ਅਵਲ ਅੱਲਾ ਹੈ ਨੂਰੀ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਜਣ ਵਾਲਾ ਇੱਕ ਤੂੰ ਹੀ ਹੈ ਕੋਈ ਦੂਜਾ ਨਹੀਂ ਤੇਰੇ ਹੁਕਮ ਦੇ ਵਿੱਚ ਸਾਰੀ ਕਾਇਨਾਤ ਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਾਤਸ਼ਾਹ ਆਪ ਫਰਮਾਉਂਦੇ ਨੇ ਤੈ ਭਵਨੋ ਤੁਝ ਹੈ ਕੀਆ ਸਭ ਜਗਤ ਸੁਭਾਇਆ RAM ਕੀ ਮੇਰੀ ਵਾਹਿਗੁਰੂ ਹੀ RAM ਸਭਨਾ ਵਿੱਚ ਤੂੰ ਆਇਆ ਵਿਆਪਿਆ ਹੋਇਆ ਹੈ ਤੇਰਾ ਸਭ ਕੀਆ ਤੂੰ therthia ਤੋਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚ ਤੇਰੇ ਤੁੱਦ ਬਿਨ ਕੇ ਸਸਾਲਾਹੀ ਖੀ ਮਿਦੀ ਪਰਵਦ ਗਾ ਮਿਦੀ ਵਾਹੀ ਗੁਰੂ ਸਭ ਕੁਝ ਤੇਰਾ ਕੀਤਾ ਹੋਇਆ ਹੈ ਜਗਤ ਦੀ ਰਚਨਾ ਕਰਨ ਵਾਲਾ ਇੱਕ ਤੂੰ ਹੈ ਕੋਈ ਦੂਜਾ ਨਹੀਂ ਜਿਸ ਵਿੱਚ ਤੂੰ ਥਿਰ ਹੋਇਆ ਹੈ ਤੇਰੀ ਬਰਾਬਰ ਕੋਈ ਵੀ ਨਹੀਂ ਤੂੰ ਸਭਨਾ ਦਾ ਦਾਤਾ ਇੱਕ ਦਾ ਨਹੀਂ ਭਾਵੇਂ ਕੋਈ ਬੰਦਮੁਖ ਭਾਵੇਂ ਕੋਈ ਗੁਰਮੁਖ ਭਾਵੇਂ ਕੋਈ ਪਾਪੀ ਭਾਵੇਂ ਕੋਈ ਪੁੰਨੀ ਹੈ ਪਰ ਦਾਤਾ ਤੂੰ ਸਭਨਾ ਦਾ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਤੂੰ ਸਭਨਾ ਦਾ ਦਾਤਾ ਹੈ ਸਭਨਾ ਨੂੰ ਖਾਣ ਪਾਣ ਪਹਿਰਾਨ ਤੂੰ ਆਪ ਦਿੰਦਾ ਸਬਦਾਂ ਦੀ ਪਾਲਣਾ ਕਰਦਾ ਹੈ ਤੁਮ ਦਾ ਤੇ ਠਾਕੁਰ ਪ੍ਰਤਪਾਲਿਕ ਨਾ ਇੱਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲ ਲੋ ਹਮ ਬਾਾਕ ਤੁਮ ਦੇ ਧਾਰੀ ਅਸੀਂ ਤਾਂ ਤੇਰੀ ਬਾਲ ਕੇ ਹਾਂ ਹਮ ਬਾਾਕ ਤੋ ਸੜਨਾਈ ਪ੍ਰਭ ਆਪੀ ਪੈਜ ਰਖਾਈ ਤੇਰੀ ਸ਼ਰਨ ਵਿੱਚ ਆਏ ਹਾਂ ਤੂੰ ਸਬਨਾ ਦਾ ਦਾਤਾ ਹੈ ਸਭ ਤੇਰੇ ਦਰ ਦੇ ਮੰਗਤੇ ਨੇ ਕੋਈ ਵੱਡਾ ਮੰਗਦਾ ਕੋਈ ਛੋਟਾ ਮੰਗਦਾ ਖੈ ਸਾਰੇ ਮੰਗਦੇ ਜਾਜਕ ਮੰਗੈ ਦਾਨ ਦੇਹ ਪਿਆਰੇ ਆ ਖੇ ਪਿਆਰੇ ਤੇ ਇਹਦੇ ਤੋਂ ਸਾਰੇ ਦਾਨ ਮੰਗਦੇ ਨੇ ਤੂੰ ਵੱਡਾ ਦਾਤਾ ਖੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਕਰ ਦੇਂਦਾ ਟੋਟ ਨਾ ਆਵਈ ਗੰਤ ਭਰੀ ਭੰਡਾਰ ਕੋਈ ਟੋਟਾ ਘਾਟਾ ਨਹੀਂ ਤੇਰੀ ਕਰ ਵਿੱਚ ਭੰਡਾਰੇ ਭਰੇ ਭਏ ਨੇ ਪਾਤਸ਼ਾਹ ਦੇ ਪਾਵਨ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੇਰੈ ਸਭ ਕੁਝ ਹੈ ਜਿਸ ਦੇ ਸੋ ਪਾਵੇ ਪਰ ਜਿਸ ਨੂੰ ਤੂੰ ਦਿੰਦਾ ਹੈ ਉਹ ਪਾਉਂਦਾ ਹੈ ਤੇਰੀ ਘਰ ਵਿੱਚ ਤਾਂ ਸਭ ਕੁਝ ਹੈ ਤੇਰੀ ਆਪ ਦੇ ਬਚਨ ਨੇ ਹੀ ਸਤਗੁਰੂ ਗਰੀਬ ਨਵਾਜ਼ ਤੂੰ ਵੱਡਾ ਮਾਲਕ ਜੋ ਮੰਗੈ ਠਾਕ ਰੀ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੀ ਜੋ ਬੋਲੈ ਈਹਾ ਊਹਾ ਸਚ ਹੋਵੇ ਜੋ ਵੀ ਤੇਰੇ ਤੋਂ ਮੰਗਤਾ ਤੂੰ ਦਿੰਦਾ ਮੈਂ ਤੇਰੀ ਤੋਂ ਬਿਨਾ ਕਿਸ ਦੀ ਸੋਭਾ ਕਰਾਂ ਕਿਉਂਕਿ ਤੇਰੇ ਸਮ ਕੋਈ ਦੂਜਾ ਹੈ ਹੀ ਨਹੀਂ ਆਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਭੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹਿ ਵਿਚਾਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ ਪਿਆਰਿਓ ਉਹ ਦਾਤਾ ਕੈਸਾ ਹੈ ਮੰਗਣ ਦੀ ਲੋੜ ਨਹੀਂ ਅਣ ਮੰਗਿਆ ਦਿੰਦਾ ਮਾਲਕ ਦਾ ਜਨਵਰ ਵਾਧ ਵਿੱਚ ਹੋਇਆ ਦੁੱਧ ਪਹਿਲਾਂ ਦੇ ਜਿੱਤਦਾ ਮਾਤਾ ਦੇ ਸਤਨਾਵ ਵਿੱਚ ਦੁੱਧ ਪਹਿਲਾਂ ਆ ਜਾਂਦਾ ਸੀ ਤੇ ਸਾਗ ਸੰਬੰਧੀ ਪਾਲਣਾ ਕਰਨ ਵਾਸਤੇ ਬਣਾਈ ਉਹ ਸਦਾਤੀ ਨਹੀਂ ਪਹਿਲੋਂ ਦੇ ਤੈ ਰਿਜਗ ਸੁਵਾਹਾ ਪਿੱਛੋਂ ਦੇ ਤੈ ਜੰਤੀ ਉਪਾਖਾ ਉਹ ਕੈਸਾ ਮਾਲਕ ਹੈ ਅਨ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਭੰਡਾਰਾ ਅਨ ਮੰਗਿਆ ਦਾਨ ਤੂੰ ਸੁੰਦਰ ਨੇਤਰ ਬਖਸ਼ੀ ਐਨ ਪੈਨ ਅੰਗ ਲਾਏ ਨੇ ਇਹ ਸੁੰਦਰ ਤਨ ਦੀ ਤੂੰ ਰਚਨਾ ਆਪ ਕੀਤੀ ਇਹ ਘਾੜਤ ਤੂੰ ਘੜੀ ਹੈ ਕਿਉਂਕਿ ਪੰਜਾਂ ਤਤਾਂ ਦੇ ਜਰੀਏ ਪੌਣ ਪਾਣੀ ਅਗਨੀ ਆਕਾਸ਼ ਧਰਤੀ ਇਹ ਪੰਜ ਤਤ ਨੇ ਪੰਜਾਂ ਤਤਾਂ ਦੇ ਜਰੀਏ ਪ੍ਰੀਪੂਰਨ ਪਰਮਾਤਮਾ ਨੇ ਸੁੰਦਰ ਤਨ ਦੀ ਰਚਨਾ ਕੀਤੀ ਹੈ ਉਹ ਕੈਸਾ ਮਾਲਕ ਤਨ ਦੀ ਰਚਨਾ ਕਰਕੇ ਵਿੱਚ ਆਪ ਵੀ ਬੈਠਾ ਹੈ ਕੈਸਾ ਦਾਤਾ ਹੈ ਆਪ ਬਣਾਇਆ ਜਿਵੇਂ ਜਗਿਆਸੂ ਮਨੁੱਖ ਘਰ ਬਣਾਉਂਦਾ ਹੈ ਮਹੱਲ ਬੜੀ ਮਸਾਕਤ ਘਾਲ ਕੇ ਮਿਹਨਤ ਨਾਲ ਕਿ ਮੈਂ ਇਸ ਘਰ ਵਿੱਚ ਰਹਿਣਾ ਹੈ ਉਸ ਦਾਤੀ ਮੇਰੀ ਪਰਵਦਗਾਦ ਨੇ ਇਹ ਸੁੰਦਰ ਤਨ ਦੀ ਰਚਨਾ ਕੀਤੀ ਵਿੱਚ ਆਪ ਬੈਠਾ ਹੈ ਜੇ ਕੋਈ ਇਸ ਤਨ ਨੂੰ ਭੰਨਦਾ ਹੈ ਜਿਵੇਂ ਆਪਾਂ ਕੇਸ ਕੱਟ ਲੈਂਦੇ ਹਾਂ ਕਿਉਂਕਿ ਉਹ ਮਾਲਕ ਨੇ ਸੁੰਦਰ ਸੂਰਤ ਬਣਾਈ ਪਰ ਉਸ ਤੇ ਉਸਦੀ ਪ੍ਰਸੰਤਾ ਨਹੀਂ ਹੁੰਦੀ ਕਿਉਂਕਿ ਉਹ ਮਾਲਕ ਨੇ ਆਪ ਸੁੰਦਰ ਧਨ ਦੀ ਰਚਨਾ ਆਪ ਕੀਤੀ ਹੈ ਜੋ ਸਤਗੁਰਾਂ ਦੇ ਪਾਵਨ ਵਚਨ ਨੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਗੁਰੂ ਆਲਾ ਵਾ ਕਿਉਂਕਿ ਇਹ ਕੇਸ ਨਹੀਂ ਕੱਟਨੇ ਸਾਬਤ ਸੂਰਤ ਰੱਖ ਜਿਸ ਮਾਲਕ ਨੇ ਤੈਨੂੰ ਸੁੰਦਰ ਬਣਾਇਆ ਹੈ ਉਸ ਮਾਲਕ ਦੀ ਵੀ ਤੇਰੇ ਤੇ ਬਖਸ਼ਿਸ਼ ਵੀ ਹੋਵੇਗੀ ਉਹ ਤਾਂ ਅਣ ਮੰਗਿਆ ਦਾਨ ਦਿੰਦਾ ਹੈ ਉਹ ਕੈਸਾ ਮਾਲਕ ਕਿਸ ਕਟਦੇ ਖਾਂ ਦਵਾਰਾ ਆ ਜਾਂਦੇ ਨਹੀਂ ਉਹ ਕੈਸਾ ਦਾਤਾ ਹੈ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਇਹ ਪਾਵਨ ਬਚਨ ਕਹਿੰਦੇ ਨੇ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੀ ਪੰਡਾਰਾ ਹੀ ਮੇਰੀ ਵਾਹੇ ਗੁਰੂ ਤੇਰੀ ਭਗਤੀ ਦੇ ਪੰਡਾ ਦੇ ਕੈਸੀ ਪੰਡਾ ਦੇ ਸੰਤਾਂ ਦੇ ਹਿਰਦੇ ਭਰੇ ਪਏ ਮੇਤੰ ਤਨ ਤਨ ਵਾਬਾ ਨਨ ਸਿੰਘ ਮਹਾਰਾਜ ਜਿਨ੍ਹਾਂ ਨੇ ਭਗਤੀ ਦੇ ਪੰਡਾਰੇ ਖੋਲ ਦਿੱਤੇ ਆਪ ਜਪਿਆ ਉਹ ਜਪਣ ਦਾ ਅਪਦੀਰ ਸੰਦੇਸ਼ ਦਿੱਤਾ ਅੱਜ ਵੀ ਸਤ ਪੁੱਛ ਜਪਦੇ ਨਹੀਂ ਜਪਾਉਂਦੇ ਨਹੀਂ ਜੋ ਸਤਗੁਰੂ ਪਾਤਸ਼ਾਹ ਭਾਵਨ ਵਚਨ ਕਹਿੰਦੇ ਨੇ ਤੇਰੀ ਭਗਤ ਭਰੇ ਪੰਡਾਰਾ ਕੀ ਮੇਰੇ ਵਾਹੇ ਗੁਰੂ ਤੇਰੇ ਜਨ ਤੇਰੇ ਪਿਆਰੇ ਉਹਨਾਂ ਦੇ ਹਿਰਦੇ ਭਗਤੀ ਦੇ ਪੰਡਾ ਦੇ ਭਰੇ ਭਏ ਨੇ ਬਾਬਾ ਜੀ ਨੇ ਭਗਤੀ ਦੇ ਪੰਡਾ ਦੇ ਖੋਲ ਦਿੱਤੇ ਕੀ ਬਚਨ ਕੀਤੇ ਨਾਨਕ ਸਾਧ ਭਗਤੀ ਦਾ ਕਰ ਕੀ ਭਾਈ ਇਹ ਗੁਰੂ ਨਾਨਕ ਦਾ ਕਰ ਹੈ ਇਹ ਭਗਤੀ ਦਾ ਕਾਰਖ ਹੈ ਜੋ ਸਤਗੁਰੂ ਪਾਤਸ਼ਾਹ ਇਹ ਪਾਵਨ ਵਚਨ ਕਹਿ ਰੱਖੇ ਨੇ ਕਿ ਸੰਤਾਂ ਦੇ ਹਿਰਦੇ ਭਰ ਰੱਖੇ ਨੇ ਤੂੰ ਅਣ ਮੰਗਿਆ ਦਾਨ ਦਿੰਦਾ ਫਿਰ ਮੰਗਣੀ ਸੀ ਰਹਿਤ ਕਰ ਦਿੰਦਾ ਫਿਰ ਮਨੁੱਖ ਜਗਿਆਸੂ ਦੀ ਕੋਈ ਮੰਗ ਨਹੀਂ ਰਹਿੰਦੀ ਕਿਸ ਦੀ ਮੰਗ ਨਹੀਂ ਰਹਿੰਦੀ ਜੋ ਜਪਦਾ ਹੈ ਮੇਰੇ ਵਾਹੇ ਗੁਰੂ ਨੂੰ ਜਿਨ੍ਹਾਂ ਨੂੰ ਭੁੱਖ ਤੇ ਪਿਆਸ ਪਰਮੇਸ਼ਰ ਦੇ ਨਾਮ ਦੀ ਲੱਗ ਜਾਵੇ ਉਹ ਜਗਤ ਦੇ ਪਦਾਰਥਾਂ ਨੂੰ ਤੁੱਛ ਜਾਣਦਾ ਹੈ ਸਤਗੁਰਾਂ ਦੇ ਪਾਵਨ ਵਚਨ ਨੇ ਸਾਚੇ ਨਾਮ ਕੀ ਲੱਗੈ ਭੁੱਖ ਉਤ ਭੁੱਖ ਹੈ ਖਾਏ ਚੱਲੀ ਐ ਦੁਗ ਬਿਨਾ ਮੰਗੇ ਹੀ ਦਿੰਦਾ ਹੈ RAM ਨਾਮ ਜਪੇ ਤੂੰ ਬਿਨਾ ਮੁਕਤੀ ਕਿਸੇ ਦੀ ਨਹੀਂ ਹੋਈ ਸਭ ਸਤਰਾਂ ਦਾ ਸਿਧਾਂਤ ਵੀ ਗੁਰੂ ਨਾਨਕ ਦੇਵ ਮਹਾਰਾਜ ਇਹ ਬਚਨ ਕਹਿੰਦੇ ਨੇ ਪਿਆਰਿਓ ਅਸੀਂ ਵਿਚਾਰ ਕੀਤਾ ਵਿਚਾਰੇ ਆ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਅਸੀਂ ਸਤਰਾਂ ਨੂੰ ਵੀ ਵਿਚਾਰੇ ਆ ਤਤ ਕੱਢਿਆ ਕਿ ਪਿਆਰਿਓ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਤੁਸੀਂ ਮੁਕਤ ਨਹੀਂ ਹੋ ਸਕੋਗੇ ਆਸਾ ਵਾਖਲਾ ਬਹਿਲਾਉ ਮੇਰਾ ਮਨੋ ਮੇਰਾ ਮੰਦ ਰਾਮ ਪਿਆਰੇ ਰਾਮ ਸਤਿ ਸਾਹਿਬੋ ਆਦ ਪੁਰਖ ਅਪਰੰਪਰੋ ਧਾਰੇ ਰਾਮ ਕੀ ਭਾਈ ਮੇਰਾ ਮੰਦ ਰਾਮ ਪਿਆਰੀ ਵਿੱਚ ਮਸਤ ਹੋਇਆ ਸਤਿਗੁਰੂ ਆਪਣੇ ਆਪ ਨੂੰ ਸੰਬੋਧਨ ਕਰਦੇ ਆ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਸੋ ਆਦ ਪੁਤਕ ਸਚਾ ਸਾਹਿਬ ਖੈ ਜਿਸ ਦਾ ਕੋਈ ਪਾਦ ਨਹੀਂ ਪਾ ਸਕਦਾ ਦੇ ਸਭ ਜੀਵ ਧਰਨ ਕੀਤੇ ਹੋਏ ਨੇ ਕਿਉਂਕਿ ਸਾਜਣ ਵਾਲਾ ਮੇਰਾ ਵਾਹੀ ਗੁਰੂ ਆਪ ਹੈ ਆਗਮ ਅਗੋਚਰ ਅਪਰ ਅਪਾਰਾ ਬਾਦ ਬ੍ਰਹਿਮ ਪਰਧਾਨੋ ਆਦ ਜੁਗਾਦੀ ਹੈ ਕੀ ਹੋਸੀ ਅਬਰ ਝੂਠਾ ਸਭ ਮਾਨੋ ਬੇ ਕਿੱਸਾ ਹੈ ਮਨ ਬਾਣੀ ਸੇ ਅਗੰਭ ਹੈ ਇੰਦਰੀਆਂ ਤੋਂ ਅਗੋਚਰ ਅਪਰ ਜੀਵਾਂ ਕਰਕੇ ਬਿਆੰਤ ਹੈ ਔਰ ਬਿਆੰਤ ਹੀ ਮੇਰੀ ਵਾਹੀ ਗੁਰੂ ਦੇ ਗੁਣ ਨੇ ਬੇਅੰਤਾ ਬਿਆੰਤ ਗੁਣ ਤੇਰੀ ਕੀਤਕ ਗਾਵਾਂ ਆਰਾਮ ਕਿਹੜੇ ਕਿਹੜੇ ਗਾਵਾਂ ਕਿਉਂਕਿ ਆਪ ਬਿਆੰਤ ਮੇਰੀ ਵਾਹੀ ਗੁਰੂ ਦੇ ਗੁਣ ਵੀ ਬਿਆੰਤ ਨੇ ਸਭ ਵਿੱਚ ਪ੍ਰਧਾਨ ਮੁਖ ਹੈ ਸਭ ਜੀਵਾਂ ਦੀ ਆਦ ਹੈ ਆਦ ਸੱਚ ਜੁਗਾਦ ਸੱਚ ਖੈ ਪੀ ਸਚ ਨਾਨਕ ਹੋਸੀ ਪੀ ਸੱਚ ਜੁਗਾਂ ਦੀ ਆਦ ਵਿੱਚ ਵੀ ਮੇਰਾ ਵਾਹੇ ਗੁਰੂ ਸਤ ਸਰੂਪ ਸੀ ਜੁਗ ਸ਼ੁਰੂ ਹੋਏ ਉਦੋਂ ਵੀ ਸੱਚ ਹੁਣ ਵੀ ਸੱਚ ਅੱਗੇ ਵੀ ਸੱਚ ਹੀ ਹੋਵੇਗਾ ਉਹ ਮਾਲਕ ਹੀ ਐਸਾ ਹੈ ਅਬਰ ਸਭ ਝੂਠਾ ਮੰਨੋ ਜਾਣੋ ਆਦ ਜੁਗਾਦੀ ਹੈ ਪੀ ਹੋਸੀ ਅਵਲ ਝੂਠਾ ਸਭ ਮਾਨੋ ਇਹ ਸੰਸਾਰ ਸਦੀਵੀ ਰਹਿਣ ਵਾਲਾ ਨਹੀਂ ਕੂੜ ਰਾਜਾ ਕੂੜ ਪਦਜਾ ਕੂੜ ਸਭ ਸੰਸਾਰ ਸੱਚਾ ਤਾਂ ਪਰਮੇਸ਼ਰ ਦਾ ਇੱਕ ਨਾਮ ਹੈ ਸਤਗੁਰਾਂਗੇ ਬੇਨਤੀ ਕੀਤੀ ਫਾਤਸ਼ਾ ਕੀ ਰਵੇਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤ ਨਾਮ ਰਵੇਗਾ ਰੱਬ ਦੇ ਸਾਧੂ ਰਹਿਣਗੇ ਗੋਬਿੰਦੇ ਰਹਿਣਾ ਪਰ ਜੋ ਜਪਦਾ ਹੈ ਗੁਰੂ ਆਲਾ ਬਣ ਕੇ ਉਹ ਵੀ ਸਦੀਵੀ ਰਹੇਗਾ ਕਿਉਂਕਿ ਉਹ ਜਨਮ ਮਰਨ ਵਿੱਚ ਨਹੀਂ ਪਵੇਗਾ ਜੰਮਣ ਮਰਨ ਦਾ ਤਿੰਨ ਕੋ ਜੋ ਹਰ ਲੜ ਲਾਗੇ ਜੋ ਗੁਰੂ ਨਾਨਕ ਦੇ ਲੜ ਲੱਗੇ ਜੰਮਣਾ ਮਰਨਾ ਉਹਨਾਂ ਦਾ ਨਵਿੱਤ ਹੋ ਜਾਂਦਾ ਹੈ ਕਾ ਰਮ ਧਰਮ ਕੀ ਸਾਰ ਨਾ ਜਾਣੈ ਸੋਦ ਤੋ ਮੁਕਤ ਕਿਉ ਵਾਈਏ ਜੋ ਨਿਸ਼ਕਾਮ ਕਰਮ ਨਿਜ ਧਰਮ ਦੀ ਖਬਰ ਨਹੀਂ ਜਾਣਦਾ ਸੋ ਤਿਸ ਨੂੰ ਮੁਕਤੀ ਦੀ ਗਿਆਸ ਕਿਵੇਂ ਹੋਵੇ ਉਸੀ ਪ੍ਰਾਪਤ ਨਹੀਂ ਹੋਵੇਗੀ ਕਲਮ ਧਰਮ ਕੀ ਸਾਲ ਨਾ ਜਾਣੈ ਸੋਦਤ ਮੁਗਤ ਕਿਉ ਪਾਈਐ ਕਿਵੇਂ ਪਾਵੇਗਾ ਸੇਵਾ ਕਲਤ ਹੋਏ ਨਹਿ ਕਾਮੀ ਤਿਸ ਕੋ ਗੋਤ ਪ੍ਰਾਪਤ ਸੁਆਮੀ ਕੋਈ ਕਾਮਨਾ ਨਾ ਹੋਵੇ ਸੇਵਾ ਤਹਿਦਖ ਹੈ ਕਰਦਾਖ ਹੈ ਫਿਰ ਮਿਦਾ ਵਾਹੇ ਗੁਰੂ ਮਿਲਦਾ ਹੈ ਨਾਨਕ ਗੁਰਮੁਖ ਸਬਦ ਪਛਾਨੈ ਐ ਹਨੇ ਸੰਨੋ ਮਤਿਆਈ ਐ ਜੋ ਗੁਰੂ ਸ਼ਬਦ ਕਰਕੇ ਰਾਤ ਦਿਨ ਨਾਮ ਨੂੰ ਧਿਆਉਂਦੇ ਨੇ ਗੁਰੂ ਨੇ ਅਪਰੇਚ ਦਿੱਤਾ ਭਲਿਆ ਨਾਮ ਜਪਿਆ ਕਰ ਤਰ ਜਾਵੇਂਗਾ ਜਪਦਾ ਹੈ ਦਿਨ ਰਾਤ ਸਮਾਧੀ ਲੱਗੀ ਹੈ ਪ੍ਰਭੂ ਦੇ ਚਰਨਾਂ ਨਾਲ ਸੋ ਗੁਰਮੁਖ ਭਗਤੀ ਦੀ ਰੀਤੀ ਨੂੰ ਪਹਿਚਾਨ ਲੈਂਦੇ ਨੇ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈ ਰਾਮ ਹੋ ਗਏ ਮਮਤਾ ਮਾਇਆ ਸੰਗ ਨਾ ਜਾਈ ਰਾਮ ਪਾਤਸ਼ਾਹ ਗੁਰਦੇਵ ਬਚਨ ਕਹਿੰਦੇ ਨੇ ਪਿਆਰੀਓ ਔ ਮੇਰਾ ਮਨ ਨਾਮ ਸਖਾਈ ਸੀ ਮੰਨ ਗਿਆ ਕਹੇ ਮਨ ਮੰਨਿਆ ਤੋ ਹੱਦ ਜਾਣੇ ਕਿਉਂਕਿ ਮਨ ਦੀ ਖੇੜ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ ਮਨ ਵਸ ਹੋਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਮਨ ਜੀਤੈ ਜਗ ਜੀਤ ਕਿਉਂਕਿ ਮਨ ਬੜਾ ਅਮੋੜ ਵਿੱਚ ਦਖ ਹੈ ਜਦੋਂ ਮਨੁੱਖ ਮਨਿਆਈਆ ਮਨ ਮਤ ਵਿੱਚ ਵਿੱਚ ਦਖ ਹੈ ਉਸ ਨੂੰ ਫਿਰ ਮਨ ਮੁਖ ਕਹਿੰਦੇ ਨੇ ਗੁਰੂ ਦੀ ਛਣ ਵਿੱਚ ਆਉਣਾ ਕਾਹਦੇ ਵਾਸਤੇ ਗੁਰੂ ਦੀ ਮਤ ਲੈਣ ਹੀ ਆਉਣਾ ਹੈ ਸਤਿਗੁਰਾਂ ਦੇ ਪਾਵਨ ਬਚਨ ਨੇ ਗੋਦ ਕੀ ਮਤ ਤੂੰ ਲਿਹੇ ਈਆਨੇ ਭਗਤ ਬਿਨਾ ਮੋਹ ਡੂਬੇ ਸਿਆਣੇ ਬੜੇ ਸਿਆਣੇ ਚਤਤ ਬੁੱਧੀਮਾਨ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਡੁੱਬ ਮੁਏ ਕਿਉਂਕਿ ਉਹਨਾਂ ਨੇ ਗੁਰੂ ਦੀ ਮਤ ਨਹੀਂ ਲਈ ਗੁਰ ਸ਼ਬਦੀ ਗੁਰਮਤੀਏ ਨਹੀਂ ਹੋਏ ਮਨਮਤੀਏ ਹੋ ਗਏ ਸਤਿਗੁਰੂ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਿਖਾਈ ਰਾਮ ਆ ਮੇਰਾ ਮਨ ਨਾਮ ਸਖਾਈ ਸੇ ਮੰਨ ਗਿਆ ਨਾਮ ਜਪਣ ਲੱਗ ਗਿਆ ਅਬ ਕੰਤਾ ਮਮਤਾ ਮਾਇਆ ਦੀ ਸੰਗ ਨਹੀਂ ਜਾਂਦਾ ਇਸ ਮਾਇਆ ਨੂੰ ਤੁਛ ਜਾਣਦਾ ਕਿ ਤੁਛ ਹੈ ਮਾਇਆ ਉਹ ਬਕਾਰਾਂ ਤੋਂ ਰਹਿਤ ਹੋ ਗਿਆ ਜਿਸ ਮਾਇਆ ਦੀ ਹੰਤਾ ਮਮਤਾ ਵਿੱਚ ਲੱਗਿਆ ਸੀ ਸੋ ਸਾਥ ਨਹੀਂ ਜਾਂਦੀ ਹੋ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਕਿਉਂਕਿ ਇਹ ਮਾਇਆ ਆਪਣੇ ਨਾਲ ਨਹੀਂ ਜਾਂਦੀ ਇਸ ਮਾਇਆ ਨੇ ਤਿੰਨਾ ਲੋਕਾਂ ਨੂੰ ਮੋਇਆ ਹੈ ਮਾਇਆ 모ਹੀ ਦੇਵੀ ਸਭ ਦੇਵਾ ਕਾਲਾ છોੜੇ ਬਿਨ ਗੋਦਕੀ ਸੇਵਾ ਉਹ ਅਬਨਾਸੀ ਅਲਖਿ ਹਫੇਵਾ ਮਾਤਾ ਪਿਤ ਭਾਈ ਸੁੱਤ ਚਤਰਾਈ ਸੰਗਨਾ ਸੰਵੈਨਾਰੇ ਸਾਇਰ ਕੀ ਪੁੱਤਰੀ ਪਦ ਖਾਦ ਤਿਆਗੀ ਚਰਨ ਤਲੈ ਵਿਚਾਰੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ ਪਿਆਰੇਓ ਮਾਤਾ ਪਿਤਾ ਭਾਈ ਸੁੱਤ ਚਤਰਾਈ ਸੰਗ ਨ ਸੰਪੈ ਨਾਲੇ ਮਾਤਾ ਪਿਤਾ ਭਾਈ ਇਸਤਰੀ ਪੁੱਤਰ ਚਤ ਦਤਾ ਸੰਪਤਾ ਕੁਝ ਵੀ ਵਿਪੂਤੀ ਸੰਗ ਆਪਣੇ ਜਾਣੀ ਨਹੀਂ ਇਹ ਸਾਇਰ ਕੀ ਪੁਤਰੀ ਸਮੁੰਦਰ ਦੀ ਪੁਤਰੀ ਲక్ష్ਮੀ ਸਬਨਾ ਦੀ ਪ੍ਰਹਾਰ ਕਰਨ ਵਾਲੀ ਕਿਉਂਕਿ ਬੜੀ ਵੱਲ ਵਾਲੀ ਇਹ ਮਾਇਆ ਹੈ ਲక్ష్ਮੀ ਕਿਉਂਕਿ ਇਹ ਵੀ ਪ੍ਰਭੂ ਦੀ ਛਾਇਆ ਹੈ ਵਾਹਾ ਮਾਇਆ ਤਾਂ ਕੀ ਹੈ ਛਾਇਆ ਇਹ ਬਾਬਾ ਜੀ ਨੇ ਬਖਸ਼ਿਸ਼ ਕਰਨੀ ਅਰਦਾਸ ਵਿੱਚ ਕਿ ਸਤਿਗੁਰੂ ਆਪਣੀ ਮਾਇਆ ਨੂੰ ਮੋੜ ਲੋ ਚਰਨਾਂ ਨਾਲ ਜੋੜ ਲੋ ਕਿਉਂਕਿ ਮਾਇਆ ਵੀ ਪ੍ਰਭੂ ਦੀ ਹੈ ਸਖਦੇਵ 무ਨੀ ਨੇ ਗਰਭ ਵਿੱਚ ਸੀ 12 ਸਾਲ ਮਾਤਾ ਦੇ ਗਰਭ ਵਿੱਚ ਦੇ ਆ ਬੇਨਤੀਆਂ ਕੀਤੀਆਂ ਪ੍ਰਭੂ ਇੱਥੇ ਤੇਰੇ ਨਾਮ ਨੂੰ ਜਪਦਾ ਲਿਵ ਲੱਗੀ ਬਾਹਰ ਤੇਰੀ ਵਾਯਾ ਪ੍ਰਭੂ ਦੀ ਅਕਾਸ਼ ਵਾਣੀ ਹੋਈ ਪ੍ਰਭੂ ਨੇ ਬਚਨ ਕੀਤੇ ਜਦ ਤੱਕ ਤੂੰ ਸੰਵਾਦੀ ਵਿੱਚ ਨਹੀਂ ਲੱਗੇਗਾ ਤੈਨੂੰ ਮਾਇਆ ਨਹੀਂ ਵਿਆਪੇਗੀ ਮਾਇਆ ਦੋਕ ਨਹੀਂ ਜਨਮ ਤੋਂ ਸੰਵਾਦੀ ਲਈ ਸਖਦੇਵ 무ਨੀ ਜੀ ਨੇ ਜੋ ਪੂਰਨ ਬ੍ਰਹਮ ਗਿਆਨੀ ਰਖੀ ਹੋਏ ਯੋਕੇ ਮਾਇਆ ਨੂੰ ਮੋੜ ਲਿਆ ਰੋਕ ਲਿਆ ਉਸ ਸਮੇਂ ਜਿਨ੍ਹਾਂ ਦੇ ਵੀ ਜਨਮ ਹੋਏ ਜਗਤ ਸੰਸਾਰ ਵਿੱਚ ਜੋ ਦੇ ਮਹਾਬਲੀ ਸੂਰਬੀਰ ਪੂਰਨ ਸੰਤ ਹੋਏ ਪਾਤਸ਼ਾਹ ਭਾਵਨ ਵਜਨ ਕਹਿੰਦੇ ਨੇ ਸਾਇਲਿ ਕੀ ਪੁੱਤਰੀ ਪਦ ਖਤ ਤਿਆਗੀ ਚਰਨ ਤਲੈ ਵਿਚਾਰੇ ਇਹ ਲక్ష్ਮੀ ਸਮੁੰਦਰ ਦੀ ਪੁੱਤਰੀ ਸਬਨਾ ਦੇ ਪ੍ਰਖਾਦ ਕਰਨ ਵਾਲੀ ਜਿਹਨੇ ਤਿੰਨਾ ਲੋਕਾਂ ਨੂੰ ਮੋਇਆ ਹੈ ਉਹ ਤਿਆਗ ਦਿੱਤੀ ਆਪਣੇ ਨੂੰ ਸਬਨਾ ਦੇ ਚਰਨਾਂ ਦੇ ਤਲੇ ਮੰਨਿਆ ਹੈ ਲక్ష్ਮੀ ਵਿਚਾਰਵਾਨਾਂ ਦੇ ਚਰਨਾਂ ਦੇ ਤਲੇ ਰਹਿੰਦੀ ਹੈ ਜੋ ਵਿਚਾਰਮਾਨ ਕੌਣ ਰੱਬ ਦੇ ਜਨ ਸਾਧੂ ਫਕੀਰ ਮਖਾਤਮਾ ਉਹਨਾਂ ਦੀ ਤਾਂ ਹੀ ਦਾਸੀ ਹੈ ਮਾਇਆ ਦਾਸੀ ਭਗਤਾਂ ਕੀ ਕਾਦ ਕਮਾਵੇ ਉਹ ਕਾਦ ਕਰਦੀ ਹੈ ਦਾਸੀ ਬਣ ਕੇ ਪਰ ਭਗਤ ਰੱਬ ਦੇ ਪਿਆਰੇ ਉਹਨਾਂ ਅਗੇ ਤਾਂ ਖਤ ਜੋੜ ਕੇ ਖਲੋਤੀ ਕਿ ਫੋਨਾ ਬਲਾਂ ਬਣਾਉਣ ਮੈਂ ਸੇਵਾ ਟਹਿਲ ਕਰਾਂ ਮੈਂ ਸਫਲੀ ਹੋ ਜਾਵਾਂ ਆਦਪੁਰਖ ਇੱਕ ਚਲਤ ਦਿਖਾਇਆ ਜਹ ਦੇਖਾ ਤਹ ਸੋਈ ਨਾਨਕ ਘਰ ਕੀ ਭਗਤ ਨ ਛੋਡੋ ਸਹਜੇ ਹੋਏ ਸੋ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਭਾਈ ਪਿਆਰੇਓ ਆਦ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾਂ ਤਹ ਸੋਈ ਆਦ ਪੁਰਖ ਮੇਰੀ ਪਰਿਪੂਰਨ ਪਰਮਾਤਮਾ ਨੇ ਇੱਕ ਐਸਾ ਆਪਣਾ ਰਿੱਤ ਤ ਦਿਖਾਇਆ ਹੈ ਕੌਤਕ ਰਚਿਆ ਹੈ ਅਬ ਜਹਾਂ ਦੇਖਦਾ ਤਾਹ ਸੋਈ ਦਿਖਲਾਈ ਦਿੰਦਾ ਖੈ ਕੋਈ ਦੂਜਾ ਦਿਸਦਾ ਕੀ ਨਹੀਂ ਜਹ ਜਹ ਦੇਖੋ ਤਹ ਹਜੂਰ ਕੋਈ ਦੂਜਾ ਖੈ ਨਹੀਂ ਮੈਂ ਖਰੀਦੀ ਭਗਤੀ ਦਾ ਤਿਆਗ ਨਹੀਂ ਕਰਦਾ ਨਾਨਕ ਹਰ ਕੀ ਭਗਤ ਨਾ ਛੋਡੋ ਸਹਜੇ ਹੋਏ ਸੋ ਹੋਈ ਜੋ ਸੁਭਾਵਕ ਹੁੰਦਾ ਸੋ ਹੋ ਜਾਵੇ ਉਸ ਵਿੱਚ ਪਸੰਦ ਰਹਿੰਦਾ ਕਿਉਂਕਿ ਉਸ ਦਾ ਨਾਮ ਨਹੀਂ ਛੱਡਿਆ ਨਾ ਮੈਂ ਤੇਰਾ ਪੁੱਗੜਾ ਨਾ ਤੂੰ ਮੇਰੀ ਮਾਂ ਭਗਤ ਨਾਮਦੇਵ ਮਹਾਰਾਜ ਜੀ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਮੈਂ ਤੇਰਾ ਪੁੱਤ ਹੀ ਨਹੀਂ ਹਾਂ ਤੂੰ ਮੇਰੀ ਮਾਂ ਨਹੀਂ ਕਿਉਂਕਿ ਮਾਂ ਨੇ ਕਿਹਾ ਸੀ ਪੁੱਤਰ ਨਾਮ ਜਪਣਾ ਛੱਡ ਦੇ ਭਗਤ ਨਾਮਦੇਵ ਜੀ ਕਹਿਣ ਲੱਗੇ ਤੂੰ ਮੇਰੀ ਮਾਂ ਕੀ ਨਹੀਂ ਮੈਂ ਤੇਰਾ ਪੁੱਤ ਹੀ ਨਹੀਂ ਕਿਉਂਕਿ ਰੱਬ ਦੇ ਜਨਾਂ ਨੂੰ ਨਾਮ ਐਸਾ ਯਾਦਾਂ ਇਹ ਰੱਬ ਦੂ ਵੀ ਆਪਣੇ ਭਗਤ ਪਿਆਰੇ ਨੇ ਸਤਿਗੁਰਾਂ ਦੇ ਪਾਵਨ ਬਚਨ ਨੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਹੀ ਮੇਰੇ ਵਾਹੇ ਗੁਰੂ ਸਾਰਾ ਜਗਤ ਸੰਸਾਰ ਤੇਰੀ ਵਸ ਵਿੱਚ ਹੈ ਪਰ ਤੂੰ ਵੀ ਕਿਸੇ ਦੇ ਵਸ ਵਿੱਚ ਹੈ ਤੂੰ ਭਗਤਾਂ ਕਹਿ ਵਸ ਭਗਤਾਂ ਧਾਨ ਤੇਰਾ ਤੂੰ ਆਪਣੇ ਆ ਪਿਆਰਿਆਂ ਭਗਤਾਂ ਦੀ ਵਸ ਵਿੱਚ ਹੈ ਜੋ ਵੀ ਤੇਰੇ ਭਗਤ ਕਹਿਣ ਤੂੰ ਤਤਕਾਲ ਮੰਨ ਲੈਂਦਾ ਹੈ ਜੋ ਜੋ ਕਹੈ ਥਾਕਦ ਪੈ ਸੇਵਕ ਤਤਕਾਲ ਹੋਏ ਆਵੈ ਤੂੰ ਕਰਦਾ ਹੈ ਕਿਉਂਕਿ ਪਿਆਰਾ ਹੈ ਤੂੰ ਭਗਤਾਂ ਦਾ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੰਭਾਲੇ 라ਮ ਅਬ ਗਣ ਮੇਟ ਚਲੇ ਗੁਣ ਸੰਗਮ ਨਾਲੇ 라ਮ ਕਿ ਭਾਈ ਸੱਚੇ ਨੂੰ ਚਿੰਤਨ ਕਰਕੇ ਮੇਰਾ ਮਨ ਸ਼ੁੱਧ ਹੋ ਗਿਆ ਮੇ ਭਗਤ ਕਵੀ ਜੀ ਜੋ ਭਗਤਾਂ ਵਿੱਚੋਂ ਸ੍ਰੋਮਣੀ ਭਗਤ ਹੋਏ ਨੇ ਭਗਤ ਜੀ ਨੇ ਪਾਵਨ ਬਚਨ ਕਹੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਅਬ ਮੇਰਾ ਮਨ ਨਿਰਮਲ ਹੋ ਗਿਆ ਨਾਮ ਦੇ ਜਪਿਆਂ ਗੁਰੂ ਧਾਰਨ ਕਰਿਆਂ ਬਖਸ਼ੀਸ਼ਾਂ ਮਿਲੀਆਂ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕੈਸੀ ਬਖਸ਼ੀਸ਼ ਹੈ ਨਾਮ ਉਦੀ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੁਮਾਲੇ ਰਾਮ ਸੱਚ ਨੂੰ ਚਿੰਤਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਮੇਰਾ ਮਨ ਸ਼ੁੱਧ ਨਿਰਮਲ ਹੋ ਗਿਆ ਔਬ ਗੁਨਾ ਨੂੰ ਮੇਟ ਕੇ ਭਗਤੀ ਸਮਾਦ ਗੁਨਾ ਦੇ ਮਲਾਪ ਸਾਥ ਅਸੀਂ ਚੱਲਦੇ ਖਾਂ ਭਾਵ ਸ਼ੁਭ ਗੁਣ ਧਾਣ ਕੀਤੇ ਨੇ ਗੁਣਾ ਦੇ ਗਾਇਕ ਬਣਾ ਹੈ ਤਨ ਤਨ ਵਾਹ ਬਾਈ ਸਤ ਸੰਗ ਮਹਾਰਾਜ ਜੀ ਨੇ ਬਚਨ ਕਰਨੇ ਭਾਈ ਗੁਣ ਲਾਵੋ ਨਿਮਕੇ ਗੁਣ ਲੈ ਲਵੋ ਜਿੱਥੋਂ ਵੀ ਮਿਲਦਾ ਹੈ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲਈ ਜੈ ਆਵ ਗਣ ਪਰ ਹਾਦ ਕਾੜਨੀ ਸਾਰੀ ਦਰ ਸਚੈ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵੀਚਾਰੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਪਿਆਰਿਓ ਆਪ ਗਨ ਪਦਖਦ ਕਰਨੀ ਸਾਜੀ ਦਰ ਸਚੈ ਸਚਿਆਰੋ ਸਚਿਆਰ ਸਿੱਖ ਬਹਿ ਸਤਗੁਰ ਪਾਸ ਜੋ ਸਚੇ ਨਹੀਂ ਫਿਰ ਗੁਰੂ ਦੇ ਹਜੂਰ ਵਹਿੰਦੇ ਨਹੀਂ ਬਖਸ਼ੀਸ਼ਾਂ ਲੈਂਦੇ ਨਹੀਂ ਜਿਨ ਜਨਾਂ ਨੇ ਔਗਣਾਂ ਨੂੰ ਤਿਆਗ ਦਿੱਤਾ ਔਰ ਭਗਤੀ ਰੂਪ ਕarni ਸੰਭਾਲ ਲਈ ਕਿ ਅੱਜ ਤੋਂ ਮੈਂ ਔਗਣ ਛੱਡ ਦਿੱਤੀ ਪਾਪ ਨਹੀਂ ਕਰਨੇ ਝੂਠ ਨਹੀਂ ਬੋਲਣਾ ਔਗਣਾਂ ਦਾ ਤਿਆਗ ਕੀਤਾ ਉਹ ਸੱਚੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਪੂਤਨ ਬ੍ਰਹਿਮ ਗਿਆਨੀ ਬਣ ਗਏ ਭਗਤ ਬਾਲਵੀਕ ਜੀ ਆਰੀਆ ਕੌਮ ਦੀ ਸਤਿ ਰਹੀ ਮਿਲੇ ਉਈ ਪੂਰਬਲਾ ਭਾਗ ਕਰਮ ਜਾਗੇ ਆ ਕਿਉਂਕਿ ਕਰਮਾਂ ਤੋਂ ਬਿਨਾ ਰੱਬ ਦੀ ਜਨ ਸੰਤ ਨਹੀਂ ਮਿਲਦੇ ਭਾਗ ਹੋਆ ਗੁਰ ਸੰਤ ਮਿਲਾਇਆ ਪਰ ਅਭੀ ਅਬਨਾਸੀ ਕਰਮਹਿ ਪਾਇਆ ਰਾਵਾਦ ਇਹ ਕਿਸੇ ਦੀਆਂ ਨਾ ਲੁੱਟ ਲੈਣਾ ਮਾਲ ਦੇਣਾ ਬਸਤਰ ਵੀ ਲਾ ਲੈਣੀ ਪਰ ਜਦੋਂ ਰੱਬ ਦੇ ਜਨ ਮਿਲੇ ਆਰੀਆ ਕੌਮ ਦੀ ਸਤ ਰੇਖੀ ਵਿਸ਼ਵਾ ਮਿੱਤਰ ਜੀ ਗੋਤਬ ਦੇਖੀ ਆਦਿ ਕਰੀਖੀ ਇਸਾਂ ਇਹ ਆ ਕਿ ਆ ਕੋਈ ਸਵਰਗ ਨਰਕ ਹੀ ਨਹੀਂ ਹੁੰਦਾ ਜਿਵੇਂ ਅੱਜ ਦੇ ਲੋਕ ਇਹ ਕਹਿ ਦਿੰਦੇ ਨੇ ਵਿਸ਼ਵਾਮਿੱਤ ਜੀ ਕਹਿਣ ਲੱਗੇ ਵਾਲਮੀਕ ਜੀ ਤੈਨੂੰ ਦਿਖਾ ਦਿੰਦੇ ਹਾਂ ਸਵਰਗ ਤੇ ਨਰਕ ਨੇਤਰ ਵੀਜ ਸੀਸ ਤੇ ਹੱਥ ਰੱਖਿਆ ਦਿਖਾ ਦਿੱਤੇ ਤੇ ਘਰ ਪੁੱਛਣ ਵੀ ਗਿਆ ਕਿ ਮੇਰੇ ਬੜੇ ਸੰਬੰਧੀ ਨਹੀਂ ਸਹਿਦਾ ਕਰਨਗੇ ਸਭਨਾਂ ਨੇ ਜਵਾਬ ਦੇ ਦਿੱਤਾ ਫਿਰ ਚਾਨਾਂ ਤੇ ਢੇਪ ਆ ਕੇ ਬਹਾਤਮਾ ਦੀਆਂ ਦੇ ਫਿਰ ਬੜਾ ਬੜਾ ਨਾਮ ਬਖਸ਼ਿਆ ਬੜਾ ਬੜਾ ਤੋਂ ਰਾਮ ਰਾਮ ਦੀ ਧੁਨੀ ਪ੍ਰਗਟ ਹੋਈ ਫਿਰ ਐਲਸੀ ਬਖਸ਼ੀਸ਼ ਪੂਰਨ ਬ੍ਰਹਮ ਗਿਆਨੀ ਬਣ ਗਏ ਰਵੈਣ ਵੀ ਪਹਿਲਾਂ ਲਿਖ ਦਿੱਤੀ ਕਿ ਇੰਜ ਜੇ ਹੋਵੇਗਾ ਮਾਤਾ ਸੀਤਾ ਦੀ ਲਭ ਤੇ ਖੁਸ਼ ਵੀ ਉਹਨਾਂ پاس ਰੱਖੇ ਕੈਸਾ ਨਾਮ ਹੈ ਪਰਮੇਸ਼ਰ ਦਾ ਸਾਈ ਨਾਮਯਾ ਮੋਲ ਕੀ ਮਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾ ਹੀ ਸੀ ਨਾਨਕ ਹਰ ਰੰਗ ਮਾਨ ਦੋ ਉਸ ਪਰਮੇਸ਼ਰ ਦਾ ਨਾਮ ਐਸਾ ਹੈ ਜਿਨ੍ਹਾਂ ਨੇ ਔਗਣਾ ਨੂੰ ਤਿਆਗ ਕੇ ਭਗਤੀ ਦਾ ਮਾਰਗ ਅਪਣਾ ਲਿਆ ਫਿਰ ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੇ ਸੱਚੇ ਦੇ ਦਰ ਉਹ ਸੱਚੇ ਹੋ ਗਏ ਆਣੇ ਜਾਣੇ ਵਿੱਚ ਗੁਰਮੁਖਾਂ ਨੇ ਜੋ ਅੰਤਿਛ ਕਰਨ ਨੂੰ ਰੋਕ ਰੱਖਿਆ ਤੱਤਵ ਦਾ ਵਿਚਾਰ ਕੀਤਾ ਉਹ ਤੱਤਵ ਵਿਗਿਆਨੀ ਹੋ ਗਏ ਸਾ ਜਨ ਮੀਤ ਸੁਝਾਨ ਸਖਾ ਤੂੰ ਸੱਚ ਮਿਲਵੜ ਆਈ ਨਾਨਕ ਨਾਮ ਰਤਨ ਪਰ ਗਾਸਿਆ ਐਸੀ ਗੋਦਮਤ ਪਾਈ ਹੀ ਮੇਰੀ ਪਰੀ ਪੂਰਨ ਪਰਮਾਤਮਾ ਤੂੰ ਮੇਰਾ ਮਨ ਬਾਣੀ ਤਨ ਕਰਕੇ ਚਤਤ ਮਿੱਤਰ ਹੈ। ਬਾਲ ਸਖਾਈ ਮਿੱਤਰ ਸਦਾਏ ਕਿਉਂਕਿ ਪ੍ਰਭੂ ਤਾਂ ਆਪਣਾ ਬਾਲ ਸਖਾਈ ਮਿੱਤਰ ਹੈ। ਜਿਸ ਨੇ ਮਾਤਾ ਦੇ ਗਰਭ ਵਿੱਚ ਹੀ ਆਪਣੀ ਰੱਖਿਆ ਕੀਤੀ ਭੈ ਜਿ ਰੱਖੀ ਹੋਇਆ ਸਭ ਮਿੱਤਰ ਹੈ। ਮੈਨੂੰ ਤੇਰੇ ਸੱਚ ਨਾਮ ਦੀ ਹੀ ਮੇਰੇ ਵਾਹੇ ਗੁਰੂ ਬੜਿਆਈ ਮਿਲੇ। ਨਾਨਕ ਨਾਮ ਰਤਨ ਪਰਗਾਸਿ ਐਸੀ ਗੁਰਮਤਿ ਭਾਈ ਐਸੀ ਰੀਤੀ ਦੇ ਜਿਨ੍ਹਾਂ ਨੇ ਭਾਈ ਗੁਰੂ ਦੀ ਮਤ ਪਾ ਲਈ ਤਿਨ੍ਹਾਂ ਦੇ ਹਿਰਦੇ ਵਿੱਚ ਅਮੋਲ ਜਿਸ ਦਾ ਕੋਈ ਮੁੱਲ ਨਹੀਂ ਨਾਮ ਦਾ ਚਾਨਣ ਹੋ ਗਿਆ ਸਚ ਅੰਜਨੋ ਅੰਜਨ ਸਾਰਨ ਰੰਜਨ ਰਾਤਾਰਾਮ ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾਰਾਮ ਅੰਜਨ ਵਿਚ ਗਿਆਨ ਰੂਪ ਸੱਚਾ ਅੰਜਨ ਬੁੱਧ ਰੂਪ ਨੇਤਰਾਂ ਵਿੱਚ ਪਾਇਆ ਹੈ ਗਿਆਨ ਅੰਜਨ ਗੁਰ ਦਿਆ ਅਗਿਆੰਗ ਅંધੇਰ ਬਨਾਸ ਅਗਿਆਨਤੀ ਅੰਧੇਰੀ ਦਾ ਨਾਸ ਹੋ ਗਿਆ ਤੇ ਮੇਰਾ ਮਨ ਅਕਾਲ ਪੁਰਖ ਰਾਮ ਵਿੱਚ ਮਸਤ ਹੋਇਆ ਅਬ ਜਗ ਜੀਵਨ ਦਾਤਾ ਮੈਨੂੰ ਮਨ ਤਨ ਵਿੱਚ ਰਵਿਆ ਹੋਇਆ ਸੁਤੇ ਦਿਖਲਾਈ ਦਿੰਦਾ ਹੈ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੈ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਵਾਇਆ ਐਸਾ ਜਗ ਜੀਵਨ ਦਾਤਾ ਵਿਦਾ ਵਾਹਿਗੁਰੂ ਜਿਸ ਵਿੱਚ ਮੇਰਾ ਮਨ ਰਤੇ ਆ ਸੁ ਗਿਆਨ ਕਰਕੇ ਸਤਿਗੁਰੂ ਦਾ ਮਿਲਾਇਆ ਹੋਇਆ ਮਿਲਦਾ ਹੈ ਜਦ ਸਾਧ ਉੱਤਮ ਜੋ ਸੰਤਾਂ ਦੀ ਸਭਾ ਹੈ ਸੰਤ ਸਭਾ ਮਨ ਮਾਂਦੀ ਹੈ ਭਾਈ ਅੱਜ ਕੈ ਨਾਈ ਨਵਾਸ ਕਿਉਂਕਿ ਸੰਤਾਂ ਦੀ ਸਭਾ ਵਿੱਚ ਮਨ ਸ਼ੁੱਧ ਹੁੰਦਾ ਹੈ ਇਹ ਤੇ ਪਾਪ ਤੇ ਪੁੰਨ ਦਾ ਵਿਚਾਰ ਜੋ ਰੱਬ ਦੇ ਜਨ ਅਪਦੇਸ਼ ਦਿੰਦੀ ਨਹੀਂ ਫਿਰ ਬਖਸ਼ੀਸ਼ਾਂ ਹੁੰਦੀਆਂ ਨਹੀਂ ਜਦ ਤਿਨਾਂ ਦੀ ਸੰਗਤ ਕੀਤੀ ਰੱਬ ਦੇ ਜਨਾਂ ਦੀ ਤਾਂ ਪ੍ਰਬੂ ਦੀ ਨਦਰ ਹੋ ਗਈ ਜਦ ਨਦਰ ਹੋਈ ਤਬ ਸੁਖਾਂ ਵਿੱਚ ਵਾਸਾ ਹੋ ਗਿਆ ਖਾਦਾ ਕੀ ਭਗਤ ਰਤੇ ਬਾ ਰਾਗੀ ਉਕੇ ਮੋਪਿਆਸਾ ਨਾਨਕ ਹੋ ਮਾਰ ਪਤੀ ਨੇ ਵਿਰਲੇ ਦਸੋ ਦਸੋ ਪਾਤਸ਼ਾਹ ਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਬਖਸ਼ਦੇ ਨੇ ਖਲ ਕੀ ਭਗਤ ਰਤੀ ਵੈਰਾਗੀ ਜੋ ਕੇ ਮੋਹ ਪਿਆਸਾ ਨਾਨਕ ਹੋਮੈ ਮਾਧ ਪਤੀਣੀ ਵਿਰਲੇ ਦਾਸ ਯੋਦਾਸਾ ਐਸੀ ਖਰੀ ਭਗਤੀ ਵਿੱਚ ਜੋ ਬੈਲਾਗੀ ਗੁਰਮਖ ਰਤੇ ਰਹਿੰਦੇ ਨੇ ਤੇਨਾਂ ਦੇ ਹਿਰਦੇ ਤੋਂ ਮੋਹ ਤ੍ਰਿਖਾ ਤਿਸ਼ਨਾ ਝੁਕ ਗਈ ਨਿਵਤ ਹੋ ਜਾਂਦੀ ਹੈ ਜੋ ਖੰਤਾ ਮਮਤਾ ਨੂੰ ਮਾਰ ਕੇ ਸੰਸਾਰ ਤੋਂ ਉਦਾਸ ਹੋ ਗਏ ਪਰਮੇਸ਼ਰ ਵਿੱਚ ਪਤੀ ਆਏ ਨੇਚੇ ਵਾਨ ਹੋਏ ਉਹ ਦਾਸ ਜਗਤ ਵਿੱਚ ਵਿਰਲੇ ਨੇ ਖੈਣ ਵਿਰਲੇ ਨਾ ਕੀ ਘਣੇ ਫੈਲ ਫਕੜ ਸੰਸਾਰ ਉਹਨਾਂ ਨੇ ਪ੍ਰਭੂ ਨੂੰ ਪਾਇਆ ਔਰ ਵੱਡੀਆਂ ਬਖਸ਼ੀਸ਼ਾਂ ਲਈਆਂ ਸਤ ਗੁਰੂ ਦੇ ਅਦੇਸ਼ ਤੇ ਚੱਲਿਏ ਗੁਰ ਸ਼ਬਦ ਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ ਕੇ ਚਤਹਿ ਪਾ ਤੇ ਜਨਨ ਹੁੰਦਾ ਗੁਰ ਨੂੰ ਕੋਰ ਅੰਗ ਆਪ ਹੀ ਧਨ ਕੀ ਤਬ ਜਲਾਇਆ ਸਭ ਸਖਨ ਕੋ ਕਰ ਸਿਮਧ ਜੋ ਸਰਦਾ ਕਰ ਸਿਮਧ ਅੰਗੁਰ ਪਰ ਉਤਰਿ